ਜੀ ਜੀ ਸਪੋਰਟਸ ਪੰਜਾਬ ਬੋਰਡ جناب ਡਾਕਟਰ ਆਸਫ ਤਫੈਲ ਸਾਹਿਬ ਸ਼ੇਰੇ ਪੰਜਾਬ ਦਾ ਦੰਗਲ ਜਿੱਤ ਕਰਨ ਤੇ ਇੱਕ ਟਾਈਟਲ ਸ਼ਹਿਜ਼ਾਦ ਪਚਾਰ ਪਹਿਲਵਾਨ ਨੂੰ ਅਚੇਚਾ ਤੌਰ ਤੇ ਸਨਮਾਨ ਕਰਦੇ ਪਏ ਨੇ ਵੈਲ ਡਨ ਜਿੰਦਾਬਾਦ 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 ਮਹਰ ਕਾਲਾ ਪਹਿਲਵਾਨ ਜੀ ਅੱਲਾਹ ਭਾਗ ਤੁਹਾਨੂੰ ਵੀ ਸਲਾਮਤ ਰੱਖੇ ਕਿਤੇ ਚਲ ਗਏ ਹੋ ਜਿੰਦਾਬਾਦ ਜੀ ਆਇਦਰ ਆਓ ਸੈਂਡ ਕਰ ਜੋ ਆਕੇ ਸ਼ਹਿਜ਼ਾਦ ਪਹਿਲਵਾਨ ਦਾ ਦਰਾਨ ਪਹਿਲਵਾਨ ਇਧਰ ਆਉਂਡ ਲੋ ਜੀ ਮੁਬਸ਼ਰ ਵੀਰ ਦੇ ਕੋਲ ਪੰਜਾਬ ਦੀ ਕੁਸ਼ਤੀ ਦਾ ਬਕਾਇਦਾ ਤਾਰਫ ਹੋਏਗਾ ਡੀਜੀ ਸਾਹਿਬ ਇਹ ਰੈਸਲਿੰਗ ਹੋਏ ਇੱਕ ਜਿਨੇ ਪੂਰੇ ਪਾਕਿਸਤਾਨ ਦੇ ਵਿੱਚ ਸਭ ਤੋਂ ਜ਼ਿਆਦਾ ਮੈਡਲ ਤੁਹਾਨੂੰ ਦਿੱਤੇ ਨੇ ਸਾਡਾ ਪਾਕ ਫੋਲੇ 올림픽 ਦਾ ਵੀ ਮੈਡਲ ਦੇ ਯੂਨਤ ਅਲੱਪਕ ਜੀ ਵੀ ਮੈਡਲ ਦੇ ਤੇ ਸਾਡੇ ਪਹਿਲਵਾਨ ਜਿਹੜੇ ਪੂਰੀ ਦੁਨੀਆ 'ਚ ਪਾਕਿਸਤਾਨ ਦਾ ਨਾਮ ਰੋਸ਼ਨ ਕਰਦੇ ਨੇ ਇਹਨੇ ਕਟਨ ਆਲਾ ਕਜੇ ਇਹ ਸਾਡੇ ਕੋ ਕੋਈ ਨੈਸ਼ਨਲ ਇੰਟਰਨੈਸ਼ਨਲ ਅਕੈਡਮੀ ਨਹੀਂ ਰਸਿੰਗ ਦੀ ਕਿ ਜੇ ਜੇ ਅਸੀਂ ਤੁਹਾਨੂੰ ਮਜ਼ੀਦ ਮਦਦ ਦਈਏ ਮੈਂ ਤੁਹਾਡੇ ਕੇ ਰਿਕੁਐਸਟ ਕਰਦਾ ਪਾਕਿਸਤਾਨ ਰਸਿੰਗ ਵੱਲੋਂ ਪਾਕਿਸਤਾਨ ਰਸਿੰਗ ਦੇ ਸ਼ਾਇਕੀ ਨਾਲੋਂ ਪਹਿਲਵਾਨਾਂ ਵੱਲੋਂ ਕਿ ਤੁਸੀਂ ਸਾਡੇ ਵਾਸਤੇ ਇੰਟਰਨੈਸ਼ਨਲ ਲੈਵਲ ਅਕੈਡਮੀ ਦਾ ਇੱਥੇ ਐਲਾਨ ਕਰੋ ਤੇ ਮੈਂ ਮਾਈਕ ਦੇਵਾਂਗਾ ਡੀਜੀ ਸਾਹਿਬ ਨੂੰ ਜਿਹੜਾ ਤਾਣੀਆਂ ਮਾਰਦੇ ਹੋ ਡੀਜੀ ਸਾਹਿਬ ਐਲਾਨ ਕਰਨਗੇ ਇੰਟਰਨੈਸ਼ਨਲ ਅਕੈਡਮੀ ਦਾ ਜੀਸਾ ਐਲਾਨ ਕਰਨਗੇ ਇੰਟਰਨੈਸ਼ਨਲ ਰੈਸਲਿੰਗ ਅਕੈਡਮੀ ਦਾ ਇਧਰ ਫੋਟੋ ਸੈਸ਼ਨ ਮੈਂ ਮਾਈਕ ਦਿਆਂਗਾ ਜਨਾਬ ਡਾਕਟਰ ਆਸਫ ਤਫੀਲ ਸਾਹਿਬ ਡਾਇਰੈਕਟਰ ਜਨਰਲ ਸਪੋਰਟ ਬੋਰਡ ਪੰਜਾਬ ਕੇ ਐਲਾਨ ਕਰਨ ਨੈਸ਼ਨਲ ਇੰਟਰਨੈਸ਼ਨਲ ਅਕੈਡਮੀ ਦਾ ਰੈਸਲਿੰਗ ਦਾ ਲਓ ਸਰ ਸਾਰੇ ਸਾਡੇ ਰੈਸਲਿੰਗ ਵਾਲੇ ਇਹ ਤੁਹਾਨੂੰ ਵਰਲਡ ਜੇ ਦੇ ਰਹੇ ਨੇ ਇਨਾਮ ਵਟ ਪਹਿਲਵਾਨ ਇਨਾਮ ਵਟ ਇਨਾਮ ਵਟ ਤੇ ਜਾਨੀ ਪਹਿਲਵਾਨ ਦੋਨੇ ਰਸਤੇ ਮਾ ਜਾਣ ਵਿੱਚ ਅਦਨਾਨ ਪਹਿਲਵਾਨ ਇਧਰ ਆ ਮੁੰਸਾ ਕੁਸ਼ਤੀ ਇਹ ਬੰਦੇ ਜਿੰਦਰ ਬਾਹਰ ਨਾ ਨਿਕਲੇ ਕੁਸ਼ਤੀ ਨਹੀਂ ਸ਼ੁਰੂ ਹੋਣੀ ਇਹ ਸਾਰੇ ਬੰਦੇ ਬਾਹਰ ਨਿਕਲ ਜਾਓ ਮੁੰਸਾ ਕੁਸ਼ਤੀ ਇਨਾਮ ਵਟ ਪਹਿਲਵਾਨ ਰਸਤੇ ਪਾਕਿਸਤਾਨ ਸ਼ੇਰ ਪਾਕਿਸਤਾਨ ਵਰਲਡ ਚੈਂਪੀਅਨ ਸਰਦਾਰ ਦੀ ਅਵਾਰਡ ਜਾਫਤਾ ਤੇ ਜਾਨੀ ਪਹਿਲਵਾਨ ਰਸਤੇ ਪਾਕਿਸਤਾਨ ਮੁੰਸਾ ਕੁਸ਼ਤੀ ਬਾਕੀ ਸਾਰੇ ਬੰਦੇ ਬਾਹਰ ਚਲੇ ਜਾਓ ਬਾਕੀ ਸਾਰੇ ਬੰਦੇ ਬਾਹਰ ਚਲੇ ਜਾਓ ਇਹ ਦੋ ਮੁਨਸਫ ਤੇ ਦੋ ਪਹਿਲਵਾਨ ਤੇ ਡਾਇਰੈਕਟਰ ਜਨਰਲ ਸਪੋਰਟਸ ਸਪੋਰਟ ਪੰਜਾਬ ਡਾਕਟਰ ਆਸਫ ਤਫੀਲ ਸਾਹਿਬ ਸਾਡੇ ਵਾਸਤੇ ਨੈਸ਼ਨਲ ਲੈਵਲ ਦੀ ਅਕੈਡਮੀ ਦਾ ਐਲਾਨ ਕਰਨਗੇ ਰੈਸਲਿੰਗ ਦਾ ਅਦਨਾਨ ਪਹਿਲਵਾਨ ਆਸਫ ਸਾਹਿਬ ਜਨਾਬ ਡਾਕਟਰ ਆਸਫ ਤਫੀਲ ਸਾਹਿਬ ਇਹ ਰੈਸਲਿੰਗ ਐਸਸੀਏ ਕਿ ਪਾਕਿਸਤਾਨ ਦੇ ਸਭ ਤੋਂ ਜ਼ਿਆਦਾ ਮੈਡਲ ਹਾਕੀ ਤੋਂ ਬਾਅਦ ਤੁਹਾਨੂੰ ਰੈਸਲਿੰਗ ਨੇ ਦਿੱਤੇ ਨੇ ਜਿਹਦੇ ਵਿੱਚ ਸਾਡੇ ਕੋ ਵਰਲਡ ਯੂਥ ਦਾ ਵੀ ਇੱਕ ਮੈਡਲ ਹੈ ਅਜਨਾਨ ਪਹਿਲਵਾਨ ਟੈਰਾ ਵਾਲਾ ਸਾਈਨ ਕਰੇ ਵਰਲਡ ਦਾ ਸਾਡੇ ਕੋਲ ਮੈਡਲ ਹੈ ਤੇ ਮੈਂ ਉਮੀਦ ਕਰਦਾ ਕਿ ਤੁਸੀਂ ਜਿੱਥੇ ਸਪੋਰਟ ਵਾਸਤੇ ਇਨਾ ਕੰਮ ਕੀਤਾ ਹੈ ਉੱਥੇ ਪਹਿਲਵਾਨਾਂ ਦੇ ਬਿਹਤਰ ਮਸਤਕਬਲ ਵਾਸਤੇ ਤੁਸੀਂ ਨੈਸ਼ਨਲ ਲੈਵਲ ਦੀ ਅਕੈਡਮੀ ਦਾ ਵੀ ਐਲਾਨ ਕਰੋ ਤਾਂ ਕਿ ਸਾਡੇ ਪਾਕਿਸਤਾਨ 'ਚ ਰੈਸਲਿੰਗ ਪ੍ਰਮੋਟ ਹੋਏ ਅਤੇ ਤੁਹਾਨੂੰ ਵਰਲਡ 'ਚ ਵੀ 올림픽 'ਚ ਵੀ ਸੀ ਮੈਡਲ ਲਿਆ ਕੇ ਦਈਏ ਜੀ ਜੀ ਜਿੰਨੂਮੀ ਜੀ ਬਹੁਤ ਸ਼ੁਕਰੀਆ ਸਦਕੇ ਜਿੰਦਾਬਾਦ ਹੈ ਪਰ ਕਹਿੰਦੇ ਆ ਕਿ ਕਿਸ ਤਰ੍ਹਾਂ ਐਸ਼ੇ ਖੁਮਾਰੀ ਜਾਂਦੀ ਪੁੱਠੀ ਛਾਲ ਨਹੀਂ ਮਾਰੀ ਜਾਂਦੀ ਤੇ ਸੋਹਣੇ ਅਕਲਾ ਇੰਜ ਖੋਂਦੇ ਨੇ ਦਾਨਿਆਂ ਦੀ ਮੱਤ ਮਾਰੀ ਜਾਂਦੀ ਪਰ ਅਸਲਾ ਨਾਲ ਜੇ ਲਾਈ ਹੋਵੇ ਫਿਰ ਨਸਲਾਂ ਤੀਕਰ ਯਾਰੀ ਜਾਂਦੀ ਅਸਲਾ ਨਾਲ ਜੇ ਲਾਈ ਹੋਵੇ ਨਸਲਾਂ ਤੀਕਰ ਯਾਰੀ ਜਾਂਦੀ ਵੈਲ ਡਨ ਜਿੰਦਾਬਾਦ ਜਿੰਦਾਬਾਦ ਲਓ ਭਾਈ জাফর ਸਾਹਿਬ ਦਾ ਤਾਰਿਫ ਕਰਾਓ ਇੱਕ ਰੀ ਹਾਂਜੀ ਆ ਵੇਸ ਪਹਿਲਵਾਨ ਟੇਰਾਲਾ ਪਤੀਜਾ ਜ਼ਾਹਿਦ ਪਹਿਲਵਾਨ ਟੇਰਾਲਾ ਹੁਸਤਮੇ ਸੈਵਲ ਸੱਜਾ ਉਤੇ ਕਰਕੇ ਨਾਰੇ ਹਾਇਦਰੀ ਤਵੱਜੋ ਸਾਮਲ ਪਹਿਲਵਾਨ ਜਖੜ ਪਠਾ ਲਹਾਜ 우ਸਤਾਦ ਹਾਜੀ ਪੱਪੂ ਪਹਿਲਵਾਨ ਰਹੀਂ ਕੁਸ਼ਤੀ ਨਾਲੇ ਨਾ ਪਾਸਾ ਕੁਸ਼ਤੀ ਦਈ ਤੇ ਮਕਮ ਥਾਕਾ ਤਾਰੀ ਮਾਰ ਰਿਓ ਜ਼ੋਰਦਾਰ ਦੋਨਾਂ ਪਹਿਲਵਾਨਾਂ ਨੂੰ ਤੇ ਮੁਨਸਫਾ ਨੂੰ ਵੀ ਇਹ ਦੱਸ ਦਿੱਤਾ ਗਿਆ ਹੈ ਕਿ ਅਗਰ ਕੁਸ਼ਤੀ 12ਵੀਂ ਜਾ ਕੇ ਹੋ ਗਈ ਚਲਦੀ ਤੇ ਕੁਸ਼ਤੀ ਹੋ ਜਾਏਗੀ ਜਿੰਨੀ ਦੇਰ ਤੱਕ ਪੱਕੇ ਹੱਥਾਂ 'ਚ ਕੁਸ਼ਤੀ ਨਾ ਆਵੇ ਤੁਸੀਂ ਛਡਾਣਾ ਨਹੀਂ ਤੇ ਇਸ ਕੁਸ਼ਤੀ ਦਾ ਫੈਸਲਾ ਹੋਏਗਾ ਇਹ ਜਿੰਨੀ ਦੇਰ ਮਰਜ਼ੀ ਲੜਨ ਸ਼ਾਬਾਸ਼ ਇਹ ਕੁਸ਼ਤੀ ਬਿਲਕੁਲ ਸਾਫ਼ ਲੈਣੀ ਦੇ ਔਰ ਇਸ ਕੁਸ਼ਤੀ ਦਾ ਫੈਸਲਾ ਹੋਏਗਾ ਇਹ ਰਸਤੇ ਮੇ ਪੰਜਾਬ ਕੈਡਲ ਕੁਸ਼ਤੀ ਹੈ ਜੀ ਅਵੈਸ ਪਹਿਲਵਾਨ ਟੇਰਾਲਾ ਸਾਬਲ ਚਖੜ ਮਹਿਰ ਮੁਹੰਮਦ ਅਕਰਮ ਕਾਲਾ ਸਦਰ ਲਾਹੌਰ ਦੇਸੀ ਕੁਸ਼ਤੀ ਰੈਸਲਿੰਗ ਐਸੋਸੀਏਸ਼ਨ ਇਹਨਾਂ ਦਾ ਕਹਿਣਾ ਬੱਚਿਓ ਨਸ਼ੇ ਤੋਂ ਬੱਚੋ 5000 ਰੁਪਿਆ ਇਹਨਾਂ ਨੇ ਮੈਨੂੰ ਪ੍ਰਾਈਸ ਦਿੱਤਾ ਜੀ ਕਮੈਂਟਰੀ ਦਾ ਖੁਸ਼ ਹੁੰਦੇ ਇਹ 5000 ਰੁਪਿਆ ਮੈਰ ਅਕਰਮ ਕਾਲੇਵਾਲੋ ਜੀ ਸਦਰ ਲਾਹੌਰ ਦੇਸੀ ਕੁਸ਼ਤੀ ਰੈਸਲਿੰਗ ਐਸੋਸੀਏਸ਼ਨ ਜੀ ਇਹ ਭਾਈ ਕਾਲੇ ਦਾ ਮੁਕਾਂਗਾ ਬਾਅਦ ਚ ਮੈ ਅਜ ਤੋਂ ਬਾਅਦ ਖਾਮਦ ਖਾਨ ਜੀ ਮੈਂ ਪਾਕ ਅੱਜ ਤਿੰਨਾਂ ਕਮੈਂਟੇਟਰਾਂ ਨੂੰ ਮੈਰ ਮੁਹੰਮਦ ਅਕਰਮ ਕਾਲੇ ਪਹਿਲਵਾਨ ਨੇ 5-5000 ਰੁਪਇਆ ਇਨਾਮ ਦਿੱਤਾ ਤਾੜੀਆਂ ਮਾਰ ਦਿਓ

ਪੰਜਾਬੀ ਖੇਡ ਨਾਲ ਪਿਆਰ ਕੀਤਾ ਪੰਜਾਬੀ ਜ਼ੁਬਾਨ ਨਾਲ ਪਿਆਰ ਕੀਤਾ ਇਧਰ ਦੇ ਬੰਦੇ ਰਸਤੇਮੇ ਪੰਜਾਬ ਦਾ ਦੰਗਲ ਇੱਕ ਵਾਰੀ ਤਾੜੀ ਮਾਰ ਕੇ ਬਬਰ ਸ਼ਰਨ ਤਗੜਾ ਕਰਿਆ ਜੀ ਚਲੋ ਵੀ ਨੌਜਵਾਨੋ ਸਦਕੇ 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 ਮੇਲਾ ਹੋਣ ਲੱਗਾ ਜੋ ਵੱਡਾ ਇੱਕ ਵਾਰੀ ਫੇਰ ਤਾਰੀਖ ਲਿਖੀ ਜਾਏਗੀ ਅੱਜ ਦਾ ਦਿਨ 4 ਫਰਵਰੀ ਦਾ ਦਿਨ ਇੱਕ ਵਾਰੀ ਫੇਰ ਇਤਿਹਾਸਿਕ ਦਿਨ ਹੋਏਗਾ ਜਿਵੇਂ 7 ਮਈ ਦਾ ਦਿਨ ਇਤਿਹਾਸਿਕ ਦਿਨ ਸੀ ਅੱਜ ਫੇਰ ਤਾਰੀਖ ਲਿਖੀ ਜਾ ਰਹੀ ਕਿ ਰਸਤੇਮੇ ਪੰਜਾਬ ਦਾ ਟਾਈਟਲ ਕਿਦੇ खाते जाता अज लगेगा पता और मुंसफे कुश्ती सबका चैंपियन सबका रुस्तमान कुश्ती का, का रुस्त मनमया नाम पाकिस्तान का लाड़ा कुश्तर अनाम बट सदके मैदान पहलवान बावन चक्कर पहलवान टाइटल वा खेड वी पलवान वे बल्ले बल्ले लगी जो हो ਲਗਣਾ ਜੋ ਪਤਾ ਪਰ ਦਿਲੋਂ ਸਿਰਤ ਦੇ ਹੋਂ ਗੁਲਾਮ ਜਿਹੜੇ ਕਦੇ ਸ਼ੋਖ ਆਦਾਂਵਾਂ ਨੂੰ ਲੱਭਦੇ ਨਹੀਂ ਹਿੰਮਤ ਜਿੰਨਾ ਚ ਹੋਵੇ ਪਰਵਾਜ਼ ਵਾਲੀ ਉਹ ਮਵਾਫਕ ਹਵਾਵਾਂ ਨੂੰ ਲੱਭਦੇ ਹਾਏ 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 ਅਵੈਰ ਸਪਲਵਨ ਹਾਏ ਬੱਲੇ 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 ਸਦਕੇ ਇਧਰ ਆਓ ਮੇਰੇ ਪਾਸ ਆਓ ਕੀ ਕਰ ਰਹੇ ਹੋ ਉਧਰ ਨਹੀਂ ਜਾਣਾ ਇਤਨੀ ਦੂਰ ਨਹੀਂ ਜਾਣਾ ਆਜੋ 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 ਵਾਪਸ ਆਓ ਸਦਕੇ ਫਰੀਦ ਅਖਾੜੇ 'ਚ ਆਜੋ ਪਹਿਲਵਾਨੋ ਅਖਾੜੇ 'ਚ ਫੈਸਲਾ ਹੋਏਗਾ ਇੱਥੇ ਆਹ ਦਰੱਖ ਇਧਰ ਆਹ ਇਧਰ ਆ ਦਰੱਖ ਇਹ ਤੇ ਫਿਰ ਇਹ ਨਹੀਂ ਡਾਕੂਮੈਂਟ ਆਇਆ ਸਦਕੇ ਸਦਕੇ ਪਿਆਰਸ਼ੇ ਸਤਾਰਜੀ ਮੁਬਾਰਕਬਾਦ ਹੈ ਮੈਨੂੰ ਬਹੁਤ ਮਜ਼ਾ ਆਇਆ ਅੱਲਾ ਜਾਣਦਾ ਹੈ ਬਾਕੀ ਤੇ ਕੰਮ ਕਰ ਲਾਂਗੇ ਸਾਰੇ ਜੀ ਜਿੰਦਾਬਾਦ ਮੈਡਮ ਸਾਫਾ ਬਹੁਤ ਮੁਬਾਰਕਬਾਦ ਹੈ ਪੰਜਾਬ ਸਪੋਰਟਸ ਬੋਰਡ ਨੂੰ ਐਡਾ ਕਾਮਯਾਬ ਇਵੈਂਟ ਤਰਤੀਬ ਦੇਣ ਤੇ ਔਰ ਐਡਾ ਵਧੀਆ ਖੇਡ ਵੇਖਣ ਨੂੰ ਮਿਲੀ ਜਿੰਦਾਬਾਦ ਔਰ ਸ਼ਮਸ ਲਤੀਫ ਸਾਹੀ ਜੀ ਸਵਾਦ ਆਇਆ ਜੀ ਅੱਲਾ ਪਾਕ ਤਾਂ ਬਿੱਲੀ ਪਹਿਲਵਾਨ ਔਰ ਕੈਸਰ ਵੀਰ ਜੀ ਅਚੇਚਾ ਤੌਰ ਤੇ ਹਲਤ ਕੀਤੀ ਹੈ ਵੇਖਣ ਵਾਸਤੇ ਆਏ ਨੇ ਜਨਾਬ ਦੀ ਮੁਹੱਬਤ ਦਾ ਬਹੁਤ ਸ਼ੁਕਰੀਆ ਸੂਫੀ ਰਿਆਸਤ ਅਲੀ ਸਾਹਿਬ ਸਰ ਮਜ਼ਾ ਆਇਆ ਕੁਸ਼ਤੀ ਦਾ ਭਾਈ ਯੂਸਫ ਸਾਹਿਬ ਸਵਾਦ ਆਇਆ ਹੱਸਦੇ ਪਏ ਨੇ ਮੁੰਡਾ ਮਜ਼ਾ ਆਇਆ ਅੱਲਾਹ ਪਾਕ ਤੁਹਾਨੂੰ ਸਲਾਮਤ ਰੱਖੇ ਤਾਂ ਨਾ ਸਾਹਿਬ ਮੈਂ ਕਰਦਾ ਔਖਾ ਸੌਕਾ ਹੋ ਗਏ ਅੱਲਾਸ ਸਭ ਤੋਂ ਦੇ ਵਾਲੇ ਇਹ ਜੀ ਰਸਤੇ ਮੇ ਪੰਜਾਬ ਦਾ ਟਾਈਟਲ ਮੁਕਾਬਲਾ ਤੇ ਸਾਡੇ ਵਰਲਡ ਚੈਂਪੀਅਨ ਰਸਤੇ ਮੇ ਪਾਕਿਸਤਾਨ ਸ਼ੇਰ-ਏ-ਪਾਕਿਸਤਾਨ ਮੁੰਸਫ ਕੁਸ਼ਤੀ ਦੇ ਫਰੈਜ਼ ਅੰਜਾਮ ਦੇ ਰਹੇ ਨੇ ਇਨਾਮ ਪਟ ਪਹਿਲਵਾਨ

ਇਹ ਟਾਈਟਲ ਮੁਕਾਬਲਾ ਕਰਵਾ ਰਹੇ ਨੇ ਜੀ ਔਰ ਬਹੁਤ ਮੁਬਾਰਕਬਾਦ ਸ਼ਹਿਜ਼ਾਦ ਪਹਿਲਵਾਨ ਸ਼ੇਰ-ਏ-ਪੰਜਾਬ ਦਾ ਦੰਗਲ ਜਿੱਤਿਆ ਟਾਈਟਲ ਜਿੱਤ ਕੇ ਆਪਣੇ ਨਾਲ ਲੈ ਕੇ ਚੱਲਾ ਜਿੰਦਾਬਾ ਮਰੁੰਡੀ ਪਹਿਲਵਾਨ ਜੀ ਸਵਾਦ ਹੁੰਦਾ ਪਿਆ ਕੁਸ਼ਤੀਆਂ ਦਾ ਸਦਕੇ ਜਿੰਦਾਬਾਦ 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 ਇਸ ਟਾਈਮ ਵੱਡਾ ਟਾਈਟਲ ਵੱਡੀ ਟੱਕਰ ਵੱਡਾ ਮੈਦਾਨ ਵੱਡੇ ਪਹਿਲਵਾਨ ਸਦਕੇ 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 ਪੰਜਾਬ ਦਲੇਰਾਂ ਦੀ ਜੂ ਪੰਜਾਬ ਬਹਾਦਰਾਂ ਦੀ ਜੂ ਕਿ ਮੈਂ ਗੱਬਰੂ ਸ਼ੇਰ ਪੰਜਾਬ ਦਾ ਮੈਂ ਅੱਜ ਵੀ ਸ਼ੇਰ ਜਵਾਨ ਮੇਰੇ ਪੈਰਾ ਹੇਠ ਹਨੇਰੀਆਂ ਮੇਰੀ ਮੁਠੀ ਵਿੱਚ ਤੂਫਾਨ ਤੇ ਮੈਂ ਪਲ-ਪਲ ਧਰਤੀ ਨਾਪਦਾ ਅਤੇ ਖਿੱਚ ਲੈਣਾ ਅਸਮਾਨ ਮੈਂ ਮੰਗਤ ਪਾਕ ਰਸੂਲ ਦਾ ਮੇਰੇ ਸੀਨੇ ਵਿੱਚ ਕੁਰਾਨ ਤੇ ਮੈਂ ਅਹਿਮਦ ਖਾਨ ਹਾਂ ਝਾਮਰੀ ਮੇਰਾ ਨਾਮਾ ਸਾਂਦਲ ਬਾਰ ਮੇਰੇ ਵੈਰੀ ਗੋਰੇ ਕੱਕੜੇ ਮੇਰੇ ਫਤਿਆਣੇ ਸਣ ਯਾਰ ਤੇ ਮੈਂ ਦੁੱਲਾ ਪੱਟੀ ਬਾਰ ਦਾ ਮੇਰੀ ਮੁਗਲ ਨਾਪੋ ਸਣ ਯਾਦ ਮੈਨੂੰ ਰੋਲਣ ਵਾਲੇ ਰੁਲ ਗਏ ਮੈਂ ਹਾਲੀ ਤੀਕ ਵੀ ਸ਼ਾਦ ਤੇ ਜਾ ਵਿੱਚ ਲਾਹੌਰੇ ਵੇਖ ਲੈ ਮੁਗਲਾਂ ਦੇ ਰੰਗ ਮਹਿਲ ਨਾ ਦਈਏ ਦੁੱਲੇ ਸ਼ੇਰ ਦਾ ਉਹ ਅੱਜ ਵੀ ਜਾਂਦੇ ਹੱਲ ਸਦਕੇ 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 ਜਿੰਦਾਬਾਦ ਪੰਜਾਬੀ ਸ਼ੇਰ ਫਿਰ ਜਦੋਂ ਕਿਤੇ ਔਖੀ ਘੜੀ ਆ ਜੀ ਔਖਾ ਵੇਲਾ ਆ ਜੇ ਤੇ ਸਾਨੂੰ ਗਾਨੇ ਬਨ ਕੇ ਮੌਤ ਦੇ ਤੇ ਜੰਗ ਨੂੰ ਟੋਰੇ ਮਾਂ ਨਹੀਂ ਪਿੰਡ ਵਿੱਚ ਕੰਡ ਬਖਾਵਣੀ ਬੱਚੇ ਆਵੇ ਰੱਬ ਦਾ ਨਾਂ ਅਸਾਂ ਬੰਬ ਸੀਨੇਆਂ ਤੇ ਬੰਨ ਕੇ ਤੇ ਵੜ ਗਏ ਵਿੱਚ ਜਲਾ ਅਸਾਂ ਟੈਂਕਾ ਡਾਇ ਧੂੜ ਵਿੱਚ ਅਤੇ ਦਿੱਤੀਆਂ ਪੁੱਟ ਜੜਾ ਨਹੀਂ ਤੈਨੂੰ ਮਾਤਾ ਰਾਵੀਏ ਕਰ ਸਕਿਆ ਵੈਰੀ ਪਾਰ ਅਸਾਂ دارو ਸਿੱਕਾ ਖੋលਿਆ ਬਸ ਇੱਕੋ ਹੀ ਨਾਰਾ ਮਾਰ ਨਹੀਂ ਤੈਨੂੰ ਮਾਤਾ ਰਾਵੀਏ ਕਰ ਸਕਿਆ ਵੈਰੀ ਪਾਰ ਇਧਰ ਆ ਵੇਸ ਪਹਿਲਵਾਨ ਪਤੀਜਾ ਜ਼ਾਹਦ ਪਹਿਲਵਾਨ ਟੇਰਾਂ ਵਾਲਾ ਦੂਜੇ ਬੰਦੇ ਸਾਵਲ ਪਹਿਲਵਾਨ ਸਦਕੇ 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 ਜਿੰਦਾਬਾਦ ਇੱਕੀ ਮੌਸਮ ਵੀ ਥੋੜਾ ਜਿਹਾ ਟੈਂਪਰੇਚਰ ਲੋ ਹੋ ਰਿਹਾ ਕਾਫੀ ਔਰ ਨੰਗੇ ਪਿੰਡੇ ਖੇਡ ਪਰਫਾਰਮ ਕਰਨਾ ਔਖਾ ਕੰਮ ਏ ਜਰਾ ਤਾੜੀ ਮਾਰ ਦੋ ਬੱਬਰ ਸ਼ੇਰਾਂ ਵਾਸਤੇ ਇੱਕ ਰਿੱਦਲੇ ਦੀ ਨਾਲ ਰਸਤੇ ਮੇ ਪੰਜਾਬ ਵੇਖੋ ਕੌਣ ਬਣਦਾ ਕਿਧਰ ਗਿਆ ਨੋਮੀ ਪਹਿਲਵਾਨ ਸ਼ਾਹ ਦੋਲਾ ਜਿਸੇ ਤੇ ਮੋਲਾ ਇਹ ਜੀ ਰਸਤੇ ਮੇ ਪੰਜਾਬ ਦੇ ਟਾਈਟਲ ਵਾਸਤੇ ਫਾਈਟ ਹੋ ਰਹੀ ਏ ਸਾਵਲ ਚੱਕੜ ਦੇ ਅਵੈਸ ਪਹਿਲਵਾਨ ਟੈਰਾ ਵਾਲੇ ਦੇ ਦਰਮਿਆਨ ਤੇ ਦੋਨੋਂ ਮੁਨਸਬ ਰਸਤੇ ਮੇ ਪਾਕਿਸਤਾਨ ਦੇ ਲੋਨਾਂ ਦੇ ਵੀ ਮਚਲਦੇ ਪਹਨੇਗੇ ਇੰਨੀ ਦੇ ਟਾਈਮ ਨਹੀਂ ਕੱਟੀ ਦਾ ਟੱਟ-ਪੱਟ ਜੋ ਕੁਸ਼ਤੀ ਹੋਣੀ ਚਾਹੀਦੀ ਕੋ ਜੋੜ ਦਾ ਵੱਜਨੇ ਚਾਹੀਦੇ ਨੇ ਔਰ ਦੱਸਿਆ ਗਿਆ ਕਿ ਇਹ ਬਰਾਬਰ ਨਹੀਂ ਛੱਡੀ ਜਾਏਗੀ ਇਹ ਕੁਸ਼ਤੀ ਬਿਲਕੁਲ ਬਰਾਬਰ ਨਹੀਂ ਛੱਡੀ ਜਾਏਗੀ ਫੈਸਲਾ ਹੋਏਗਾ ਫੈਸਲਾ ਹੋਏਗਾ ਨਤੀਜਾ ਨਿਕਲੇਗਾ ਢੋਲ ਵੱਜਣਗੇ ਇਹ ਟਾਈਟਲ ਦੀ ਫਤਹ ਵੇਖੋ ਕਿੱਧਰ ਜਾਏਗੀ ਮદાન ਕਰੇਗਾ ਫੈਸਲਾ ਬੱਲੇ-ਬੱਲੇ ਹੋਏਗੀ ਸਦਕੇ ਸ਼ਾਮਲ ਪਹਿਲਵਾਨ ਅਵੈਸ ਪਹਿਲਵਾਨ ਡੀਜੀ ਸਪੋਰਟਸ ਪੰਜਾਬ ਬੋਰਡ

ਅਵੈਸ ਪਹਿਲਵਾਨ ਨਾ ਬੜੇ ਖੂਬਸੂਰਤੋਵੇਂ ਸਾਮਲ ਸਦਕੇ ਜਿੰਦਾਬਾਦ 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 ਕਿ ਤੂੰ ਬੋਲਨੇ ਤੇ ਲੱਖ ਦੀ ਗੱਲ ਏ ਸਾਡੇ ਮੂੰਹੋਂ ਕੱਖ ਦੀ ਗੱਲ ਏ ਤੇ ਸਾਨੂੰ ਸਭ ਤੋਂ ਸੋਹਣਾ ਲੱਗਦਾ ਏ ਆਪਣੀ ਆਪਣੀ ਅੱਖ ਦੀ ਗੱਲ ਏ ਸਾਮਲ ਪਹਿਲਵਾਨ ਬਾ ਮੁਕਾਬਲਾ ਅਵੈਸ ਪਹਿਲਵਾਨ ਟੱਕਰ ਤਗੜੀ ਸਦਕੇ ਔਰ ਮੈਂ ਵੇਨਣਾ ਪਿਆ ਕਿ ਬਹੁਤ ਸਾਰੀਆਂ ਪੰਜਾਬੀਆਂ ਤੇ ਤਦਾਦ ਔਰ ਬਜ਼ੁਰਗ ਲੋਕ ਵੀ ਕਬੱਡੀ ਵੇਖਣ ਵਾਸਤੇ ਜਿਵੇਂ ਸੂਫੀ ਸਾਹਿਬ ਬੈਠੇ ਹੋਏ ਨੇ ਇਹ ਨੌਜਵਾਨਾਂ ਨੂੰ ਐਪਰੀਸ਼ੀਏਟ ਕਰਨ ਵਾਸਤੇ ਆਏ ਨੇ ਮਾਲਕ ਇਹਨਾਂ ਬਜ਼ੁਰਗਾਂ ਨੂੰ ਸਲਾਮਤ ਰੱਖੇ ਕਿ ਵੱਡਿਆਂ ਬਜ਼ੁਰਗਾਂ ਦਾ ਸਾਆ ਰਵੇ ਸਿਰ ਤੇ ਰੱਬ ਅੱਗੇ ਸਦਾ ਫਰਿਆਦ ਕਰੀਏ ਰਾਜੇ ਖੇਲੇ ਜੱਗ ਭਾਵੇਂ ਸਾਰਾ ਰੁਸ ਜੇ ਬਜ਼ੁਰਗਾਂ ਨੂੰ ਕਦੇ ਨਾ ਨਾਰਾਜ਼ ਕਰੀਏ ਨਾਲੇ ਸੂਫੀ ਰਿਆਸਤ ਅਲੀ ਸਾਹਿਬ ਇਕੱਠਾਂ ਬੀਤੇ ਸਮੇ ਸੁਹਾਨੇ ਚੇਤੇ ਕਰਕੇ ਰੋਂਦੇ ਨੇ ਅੱਜ ਵੀ ਬਾਬੇ ਪਿੰਡ ਪੁਰਾਣੇ ਚੇਤੇ ਕਰਕੇ ਰਹੁੰਦੇ ਨੇ ਤੇ ਮਿੱਸੀ ਰੋਟੀ ਗੁੜ ਦੇ ਚੌਲ ਸਾਗ ਸਰੋਂ ਦੀਆਂ ਗੰਦਲਾਂ ਦਾ ਦੇਸੀ ਕੀ ਹੋਤੇ ਦੇਸੀ ਖਾਣੇ ਚੇਤੇ ਕਰਕੇ ਰਹੁੰਦੇ ਨੇ ਅੱਜ ਵੀ ਬਾਬੇ ਪਿੰਡ ਪੁਰਾਣੇ ਚੇਤੇ ਕਰਕੇ ਰਹੁੰਦੇ ਨੇ ਬਹੁਤ ਲਓ ਫਰੀਦ ਪਹਿਲਵਾਨ ਨੇ ਮੈਨੂੰ 1000 ਰੁਪਏ ਦਿੱਤਾ ਜੋ ਅੱਲਾ ਦਾ ਭਲਾ ਕਰੇ ਜੀ ਬਹੁਤ ਸ਼ੁਕਰੀਆ ਮੈਂ ਇਨਾ ਵੀ ਕੌਡੀ ਵਾਲਾ ਕੰਮ ਮੱਠੇ ਦੇ ਭਾਵੇਂ ਇਹਨਾਂ ਦੇ ਅੱਲਾ ਇਹਨਾਂ ਦਾ ਭਲਾ ਹੀ ਕਰੇ ਉਹਨਾਂ ਪਤਾ ਫੈਸਲਾ ਪਤਾ ਤੇਲ ਹੀ ਬਹੁਤ ਮਹਿੰਗਾ ਹੋ ਗਿਆ ਅੱਲਾ ਜਾਣਦਾ ਹੁੰਦਾ ਇਹ ਬਹੁਤ ਖਰਚਾ ਹੋ ਜਾਂਦਾ ਡਿਜੀਤਸ ਆ ਬਹੁਤ ਬਹੁਤ ਸ਼ੁਕਰੀਆ ਸਰ ਸੋ थैੰਕਸ ਲਵ ਯੂ ਵੈਰੀ ਮਚ ਕਿ ਤੁਸੀਂ ਬਹੁਤ ਸਾਰਾ ਪਿਆਰ ਦਿੰਦੇ ਹੋ ਔਰ ਫਰੀਦ ਪਹਿਲਵਾਨ ਮੇਰੇ ਵੀਰਾਂ ਲੋ ਵੀ ਮੇਰੇ ਵਾਸਤੇ 1000 ਰੁਪਏ ਦਾ ਇਨਾਮ ਹੈ ਇਹ ਪੰਜਾਬੀ ਜ਼ੁਬਾਨ ਨਾਲ ਮੁਹੱਬਤ ਆ ਪੰਜਾਬ ਪੰਜਾਬ ਨਾਲ ਪਿਆਰ ਆ ਕੁਸ਼ਤੀ ਨਾਲ ਮੁਹੱਬਤ ਆ ਜੀ ਅਵੈਸ ਪਹਿਲਵਾਨ ਜੀ ਪੂਰਾ ਲਾਹੌਰ ਵਿੰਦਾ ਪਿਆਈ ਪੂਰਾ ਗੁਜਰਾਂਵਾਲਾ ਵਿੰਦਾ ਪਿਆਈ ਸਾਵਲ ਪਹਿਲਵਾਨ ਜੀ ਆਪਾਂ ਲਾਈਵ ਜਾਂਦੇ ਪਏ ਆ ਪੂਰੀ ਦੁਨੀਆ ਆਪਣੇ ਨਾਲ ਜੁੜੀ ਹੋਈ ਆ ਕਿ ਅੱਜ ਲੈਂਦੇ ਪੰਜਾਬ ਦੇ ਵਿੱਚ ਇਹ ਕੁਸ਼ਤੀ ਦਾ ਵੱਡਾ ਅਖਾੜਾ ਲਵਾਇਆ ਪੰਜਾਬ ਕਬੱਡੀ ਇਸ ਪੰਜਾਬ ਰੈਸਲਿੰਗ ਐਸੋਸੀਏਸ਼ਨ ਨੇ ਇਹ ਜਨਾਬੇ ਅਰਸ਼ ਸਤਾਰ ਸਾਹਿਬ ਨੇ ਅੱਜ ਵੱਡੀ ਧੰਨ-ਧਣ ਕਰਾਤੀ ਆ ਅੱਜ ਡੀਜੀ ਸਾਹਿਬ ਨੇ ਖੇਡਾਂ ਦਾ ਪਿਆਰ ਦਾ ਪਰਚਮ ਉੱਚਾ ਕਰ ਛੜਿਆ ਬੱਲੇ ਬੱਲੇ ਹੁੰਦੀ ਪਈਆ ਸਦਕੇ 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 ਜਿੰਦਾਬਾਦ ਜਿੰਦਾਬਾਦ ਆਪਾਂ ਪੰਜਾਬੀਆਂ ਹੁਣ ਸ਼ਹਿਰਾਂ 'ਚ ਵੱਸਦੇ ਪਏ ਆ ਪਰ ਕਹਿੰਦੇ ਆ ਕਿ ਕਿਕਰ ਟਾਲੀ 베ਰੀ ਨਿੰਮਾ ਪਿੱਪਲ ਤੂਤ ਤੇ ਬੋੜ ਨਾ ਭੁੱਲੇ ਤੇ ਵਟਾਂ ਬੰਨੇ ਨਹਿਰ ਦਾ ਕੰਡਾ ਅੱਜ ਤੱਕ ਪਿੰਡ ਦੇ ਮੋੜ ਨਾ ਭੁੱਲੇ ਤੇ ਜੰਮੂ ਤੇ ਅਮਰੂਦ ਨਹੀਂ ਭੁੱਲੇ ਨਾ ਹੀ ਆਂਬ ਦਾ ਸੂੜੇ ਭੁੱਲੇ ਨਾ ਉਹ ਭੁੱਲੜ ਪੰਜੀਰੀ ਭੁੱਲੀ ਨਾ ਪਿੰਨੀਆਂ ਨਾ ਪੂੜੇ ਭੁੱਲੇ ਤੇ ਇੱਕ ਗੰਨਿਆਂ ਦੀ ਰੋ ਨਹੀਂ ਭੁੱਲੀ ਤੇ ਲੱਸੀਆਂ ਦੇ ਉਹ ਕੌਲ ਨਹੀਂ ਭੁੱਲੇ ਸੰਗਣੇ ਦੁੱਧ ਦੀ ਖੀਰ ਨਹੀਂ ਭੁੱਲੀ ਗੁੜ ਦੇ ਮਿੱਠੇ ਚੌਲ ਨਹੀਂ ਭੁੱਲੇ ਕਿੱਕਰ ਟਾਲੀ 베ਰੀ ਨਿਮਾ ਪਿੱਪਲ ਤੂਤ ਤੇ ਬੋਰ ਨਾ ਭੁੱਲੇ ਅਵੈਸ ਪਹਿਲਵਾਨ ਕੋਸ਼ਿਸ਼ ਕਰਦਾ ਪਿਆ ਕੋਈ ਕੋਈ ਦਾ ਖੇਡਾ ਕੋਈ ਮਲਤਾਨੀ ਖੇਡਾ ਕੋਈ ਪੁੱਠੀ ਲਾਵਾਂ ਕੋਈ ਧੋਬੀ ਖੇਡਾ ਕੋਈ ਟਾਕ ਮਾਰਾਂ ਕੋਈ ਕਲਾ ਜੰਗ ਮਾਰਾਂ ਮੁੰਡਾ ਕੋਸ਼ਿਸ਼ ਕਰਦਾ ਪਿਆ ਟਰਾਈ ਕਰਦਾ ਪਿਆ ਸ਼ਾਮਲ ਪਹਿਲਵਾਨ ਵੀ ਬਿਲਕੁਲ ਕਿਸੇ ਦਾ ਨੂੰ ਚੱਲਣ ਨਹੀਂ ਦੇਣ ਦਿਆ ਸਦਕੇ 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 ਐਸ ਟਾਈਮ ਸਾਮਲ ਪਹਿਲਵਾਨ 150 ਕਿਲੋ ਭਾਰ ਦੇ ਨਾਲ ਮੈਦਾਨ ਦੇ ਵਿੱਚ 150 ਕਿਲੋ ਦਾ ਮਤਲਬ ਹੈ 6 ਮਣ ਭਾਰ 6 ਮਣ ਭਾਰ ਦੇ ਨਾਲ ਧਰਤੀ ਹਿਲਾਉਂਦਾ ਪਿਆ ਉੱਤੇ ਤਾਰੇ ਵੀ ਵਿੰਦੇ ਪਏ ਚੰਨ ਵੀ ਵਿੰਦਾ ਪਿਆ ਕਿ ਕਿਹੜੇ ਗਬਰੂ ਧਰਤੀ ਹਿਲਾਈ ਜਾਂਦੇ ਨੇ ਅੱਜ ਲਾਹੌਰ ਦੇ ਵਿੱਚ ਇੱਕ ਵਾਰੀ ਫੇਰ ਬੱਲੇ ਬੱਲੇ ਅੱਜ ਲਾਹੌਰ ਦੇ ਵਿੱਚ ਇੱਕ ਵਾਰੀ ਫੇਰ ਧਣ 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 ਅੱਜ ਕੌਣ ਬਣੇਗਾ ਰੁਸਤਮ-ਏ-ਪੰਜਾਬ ਮੈਦਾਨ ਕਰੇਗਾ ਫੈਸਲਾ ਭਾਈ ਕਿੰਨੇ ਕਿੰਨੇ ਡੰਡ ਮਾਰੇ ਤੇ ਕਿਨੇ ਕਿਨੇ ਬੈਟਕਾਂ ਤੇ ਕਿਹੜਾ ਐ ਜੋ ਖਾਂਦਾ ਰਿਹਾ ਘੋ ਨਾਲ ਚੂਰੀਆਂ ਤੇ ਕਿਦਿਆਂ ਪੱਟਾਂ ਤੇ ਹੁਣ ਮੋਰ ਪਹਿਲਾ ਪਾਊਗਾ ਕਿਹੜਾ ਐ ਜੋ ਕੱਡੇ ਇਥੇ ਸਾਨਾਂ ਨੂੰ ਵੀ ਘੂਰੀਆਂ ਤੇ ਵਧੀਆ ਖਿਡਾਰੀ ਦਾ ਖਤਾਬ ਰਸਤਮੇ ਪੰਜਾਬ ਦਾ ਖਤਾਬ ਕੀ ਦੀ ਝੋਲੀ ਪੈਂਦਾ ਏ ਆਸਾਂ ਅਜ ਹੁੰਦੀਆਂ ਨੇ ਕੇਸ ਦੀਆਂ ਪੂਰੀਆਂ ਸ਼ਹਾਦ ਪਹਿਲਵਾਨ ਸਾਂਵਲ ਚਖੜ ਜੀ ਐ ਵੈਸ ਜੀ ਇਹ ਕੁਸ਼ਤੀ ਮਕਾਉਣੀ ਆ ਫੈਸਲਾ ਹੋਣਾ ਤੇ ਫੇਰ ਹੀ ਜਾਣਾ ਆਪਾਂ ਘਰਾਂ ਨੂੰ ਤੁਹਾਡੀ ਮਿਹਰਬਾਨੀਆਂ ਆਪਣਾ ਵੀ ਟਾਈਮ ਬਚਾਇਓ ਤੇ ਮੇਰਾ ਵੀ ਬਚਾਇਓ ਪੈਂਡਾ ਬਹੁਤ ਆ ਲੱਗ ਲਗਾ ਕਰੋ ਲੱਗ ਲਗਾ ਕਰੋ ਬੱਬਰ ਸ਼ੇਰੋ ਲੱਗ ਲਗਾ ਕਰੋ ਬਹੁਤ ਸ਼ੁਕਰੀਆ ਸਦਕੇ 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 ਜ਼ਿੰਦਾਬਾਦ ਜ਼ਿੰਦਾਬਾਦ ਅਵੈਸ ਪਹਿਲਵਾਨ ਜੀ ਲਗ ਲਗਾ ਕਰੋ ਪੂਰਾ ਲਗ ਲਗਾ ਇਹ ਗੱਲ ਨਿਬੜੇਗੀ ਫੈਸਲਾ ਹੋਏਗਾ ਫੇਰੀ ਰੁਸਤਮੇ ਪੰਜਾਬ ਦਾ ਇਹ ਟਾਈਟਲ ਆਉਣਾ ਵਾ ਫੇਰੀ ਗਾਨੇ ਬਜਣੇ ਆ ਫੇਰੀ ਹਾਰ ਪੈਣੇ ਆ ਸਦਕੇ 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 ਮੁਨਸਫੇ ਕੁਸ਼ਤੀ ਅਨਾਮ ਪੱਟ ਪਹਿਲਵਾਨ ਜੀ ਸਦਕੇ ਹੋਏ 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 ਸਦਕੇ ਸਦਕੇ ਪੱਟ ਕੱਢਿਆ ਮੁੰਡੇ ਨੇ ਕੱਢਿਆ ਪੱਟ ਕੁੰਡੇ ਪਾਉਣ ਡਿਆ ਵੇਖੋ ਉਸ ਆਵਲ ਪਹਿਲਵਾਨ 150 ਕਿਲੋ ਭਾਰਤ ਰਿਹਾ ਵੈਸ ਪਹਿਲਵਾਨ ਤੇ ਇਹ ਲੱਗਣਾ ਪਤਾ ਇੱਥੇ ਹਾਏ ਮੁੰਸਫ ਸਾਹਿਬ ਦਾ ਇਸ਼ਾਰਾ ਪਿਛੇ ਆਓ ਆਪ ਇਧਰ ਆ ਜਾਓ ਐਸੇ ਨਾ ਕਰੋ ਆਪ ਅਖਾੜੇ ਦੇ ਅੰਦਰ ਆਓ ਪਲੀਜ਼ ਆਜੋ ਤਾੜੀਆਂ ਮਾਰ ਦਿਓ ਅਗਰ ਦਾ ਚੰਗਾ ਲੱਗਾ ਤੇ ਤਾੜੀਆਂ ਮਾਰ ਦਿਓ ਜਿੰਦਾਬਾਦ ਜਿੰਦਾਬਾਦ ਔਰ ਵੈਲ ਡਨ ਔਰ ਬਹੁਤ ਵਧੀਆ ਇਕਦਮ ਆ ਪੰਜਾਬ ਗਵਰਨਮੈਂਟ ਦਾ ਪੰਜਾਬ ਸਪੋਰਟਸ ਬੋਰਡ ਦਾ ਔਰ ਜਿੰਨੇ ਲੋਕੀ ਵੇਖਣ ਆਏ ਨੇ ਇਹ ਮੈਸੇਜ ਦਿੰਨੇ ਪਏ ਆਪਾਂ ਕਿ ਆਪਣੇ ਬੱਚਿਆਂ ਨੂੰ ਗਰਾਊਂਡਾਂ ਵੱਲ ਲੈ ਕੇ ਆਓ ਆਪਣੇ ਬੱਚਿਆਂ ਨੂੰ ਪੋਜ਼ਿਟਿਵ ਸਰਗਰਮੀਆਂ ਲੈ ਕੇ ਆਓ ਆਪਣੇ ਬੱਚਿਆਂ ਨੂੰ ਖੇਡਾਂ ਵੱਲ ਲੈ ਕੇ ਆਓ ਇਹ ਡੀਜੀ ਸਾਹਿਬ ਮੈਸੇਜ ਦਿੰਦੇ ਆ ਇਹ ਬੱਚਿਆਂ ਨੂੰ ਨਵੀਂ نسل ਨੂੰ ਮੋਬਾਈਲ ਚੋਂ ਬਾਹਰ ਕੱਢੋ ਉਹਨਾਂ ਨੂੰ ਅਖਾੜਿਆਂ ਦੀ ਰੌਣਕ ਬਣਾਓ ਉਹਨਾਂ ਨੂੰ ਗਰਾਊਂਡ ਦੱਸੋ ਕਿ ਆਪਾਂ ਖੇਡਾਂ ਦੇ ਵਿੱਚ ਬਹੁਤ ਅੱਗੇ ਨੰਗਾਗੇ ਤੇ ਆਪਾਂ ਦੁਨੀਆ ਦੇ ਤਰੱਕੀ ਆਫਤਾ ਮੁਲਕਾਂ ਦੇ ਫੇਰੀ ਬਰਾਬਰ ਖਲੋ ਸਕਦੇ ਆ ਔਰ ਇਹ ਡੀਜੀ ਸਾਹਿਬ ਦਾ ਪੰਜਾਬ ਗਵਰਨਮੈਂਟ ਦਾ ਪਾਕਿਸਤਾਨ ਗਵਰਨਮੈਂਟ ਦਾ ਇਹੀ ਮੈਸੇਜ ਹੈ ਕਿ ਨੌਜਵਾਨ ਨਵੀਂ نسل ਨੂੰ ਜਿਵੇਂ ਪੰਜਾਬ ਰੈਸਲਿੰਗ ਐਸੋਸੀਏਸ਼ਨ ਨੇ ਮਿਹਨਤ ਕੀਤੀ ਹੈ ਕਿ ਨਵੀਂ نسل ਨੂੰ ਆਪਾਂ ਮੋਬਾਈਲਾਂ ਚੋਂ ਕੱਢ ਕੇ ਗਰਾਊਂਡਾਂ 'ਚ ਲੈ ਕੇ ਆਈਏ ਇਹ ਸਾਡਾ ਅਸਾਸਾ ਹੈ ਸਾਡਾ ਵਿਰਸਾ ਹੈ ਸਾਡੀ ਸੱਭਿਆਚਾਰਤ ਹੈ ਆ ਵੇਖੋ ਸਾਵਲ ਪਹਿਲਵਾਨ 150 ਕਿਲੋ ਪਾਰ ਤਰਿਆ ਸਾਮਲ ਉੱਤੇ ਪੂਰਾ ਵਜ਼ਨ 150 ਕਿਲੋ ਥੱਲੇ ਟੈਰਾਂ ਵਾਲਾ ਵੈਸ ਪਹਿਲਵਾਨ ਕੁੰਡਾ ਪਾਉਣ ਦੀ ਪੂਰੀ ਕੋਸ਼ਿਸ਼ ਆ ਮੁੰਡੇ ਦਾ ਜਾਂਗੀਏ ਤੇ ਹਾਥਾ ਇਹ ਲੱਗਣਾ ਜੋ ਪਤਾ ਇੱਥੇ ਟਰਾਈ ਪੂਰੀ ਆ ਸਾਮਲ ਪਹਿਲਵਾਨ ਦੀ ਵੇਖੋ ਜਿੰਨੂੰ ਦਵੇ ਮੌਲਾ ਕੌਣ ਜਾਣਦਾ ਫਤਿਹ ਕਿਦੇ ਨਸੀਬ ਚ ਹੁੰਦੀ ਆ ਕੌਣ ਜਾਏਗਾ ਜਿੱਤ ਕੇ ਅੱਜ ਦਾ ਮੈਦਾਨ ਮੈਦਾਨ ਨੇ ਖੁਦ ਹੀ ਕਰਨਾ ਫੈਸਲਾ ਸਦਕੇ 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 ਕੇ ਖੇੜ ਹੈ ਕੁਸ਼ਤੀ ਜੋਰ ਤੇ ਜਵਾਨੀ ਦੀ ਚੜੀ ਹੋਈ ਗੱਡੀ ਇਹਦੀ ਪੂਰੀ ਅਸਮਾਨੀ ਜੀ ਸਦਕੇ ਹਾਏ 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 ਕੁੰਡਾ ਕੁੰਡਾ ਜੀਓ ਵੈਸ ਜੀਓ ਸਾਹਮਣ ਪਰ ਨਹੀਂ ਕੁੰਡਾ ਏ ਹਾਏ ਓ ਲੱਗ ਗਈ ਹਾਏ ਹਾਏ ਵਾਹ ਵੈਸ ਪਹਿਲਵਾਨ ਵਾਟ ਡੈਨ ਆਲੋ ਤੇ ਵਾਸਾ ਵਲ ਝੱਕੜ ਬਹੁਤ ਅੱਛੇ ਵਾਹ ਪਹਿਲਵਾਨੋ ਦੇ ਪਹਿਲਵਾਨੋ ਇਹ ਜੇ ਰਿਸਤੇ ਮੇ ਪੰਜਾਬ ਦਾ ਟਾਈਟਲ ਜੀਓ ਵੈਸ ਤੇਰੇ ਨਿਕਲਣ ਤੋਂ ਕਬਰਾਂ ਜਾਂਵਾ ਸਦਕੇ ਸਦਕੇ ਕੁਸ਼ਤੀ ਦੇ ਡਿਸਪੀਲਨ ਤੋਂ ਸਦਕੇ ਜਾਵਾ ਅਵੈਸ ਤੇਰੇ ਬਚ ਕੇ ਨਿਕਲਣ ਤੋਂ ਕੁਸ਼ਤੀ ਦੇ ਡਿਸਪੀਲਨ ਤੋਂ ਸਦਕੇ ਜਾਵਾ ਅਵੈਸ ਤਿਆਰਾਂ ਵਾਲੇ ਤੇਰੇ ਬਚ ਕੇ ਨਿਕਲਣ ਤੋਂ ਜਿੰਦਾਬਾਦ 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 ਇੱਕ ਕਰੀ ਫੇਰ ਮੱਦੇ ਮੁਕਾਬਲੇ ਸਾਹਮਣੇ ਸਾਹਮਣੇ weight ਵੀ ਵੱਡੇ ਨੇ ਤੇ title ਵੀ ਵੱਡਾ ਜੇ ਹੁਸਤਮੇ ਪੰਜਾਬ ਦਾ ਟਾਈਟਲ ਇਹ weight ਵੀ ਵੱਡੇ ਨੇ ਤੇ title ਵੀ ਵੱਡਾ ਜੇ ਪਹਿਲਵਾਨੋ ਦੇਖੋ ਕਿਹੜਾ ਪਹਿਲਵਾਨ ਖੜਦਾ ਹੈ ਅਵਾਸਪਲਮ ਟੈਰਾਲਾ ਤੇ ਸਾਵਲ ਝਖੜ ਇਹ ਟਾਈਟਲ ਵੀ ਵੱਡਾ ਤੇ weight ਵੀ ਵੱਡੇ ਇਹ ਪਕੜਾਂ ਤੋਂ ਬਹੁਤ ਸ਼ਾਨਦਾਰ ਵਜ ਗਈਆਂ ਹੁਣ ਦੇਖੋ ਇਹ ਫੈਸਲਾ ਹੋਏਗਾ ਇਹ ਗੁਰਸ ਤੇ ਬੈਲਟ ਜਾਏਗੀ ਰਸਤੇ ਵਿੱਚ ਪੰਜਾਬ ਨੂੰ ਜਿਹੜਾ 2025 ਦਾ ਰਸਤੇ ਵਿੱਚ ਪੰਜਾਬ ਟਾਈਟਲ ਹੋਏਗਾ 3 ਮਹੀਨੇ ਪਹਿਲੇ तमाम ਡਿਵੀਜ਼ਨਾਂ ਦੇ ਵਿੱਚ ਰਸਤਮੀ ਕਰਵਾਈ ਜਾਏਗੀ ਜਿਹੜੇ ਡਿਵੀਜ਼ਨ ਦੇ ਰਸਤਮ ਹੋਣਗੇ ਉਹ ਨੌ ਇੱਥੇ ਆਣਗੇ ਫਿਰ ਉਹਨਾਂ ਦੇ ਦਰਮਿਆਨ ਮੁਕਾਬਲੇ ਕਰਵਾਏ ਜਾਣਗੇ ਜਿਹੜੇ ਟੌਪ ਦੇ ਦੋ ਪਹਿਲਵਾਨ ਹੋਣਗੇ ਉਹ ਜਿਹੜੇ ਜਿੱਤੇਗਾ ਉਹਨੂੰ 10 ਲੱਖ ਰੁਪਈਆ ਸੈਕੰਡ ਵਾਲਾ ਨੇ ਨੂੰ 5 ਲੱਖ ਰੁਪਈਆ ਤੇ ਬਾਕੀ ਜਿਹੜੀਆਂ ਕੁਸ਼ਤੀਆਂ ਹੋਣਗੀਆਂ 15 ਲੱਖ ਰੁਪਈਆ ਇਨਾਮ ਹੈ ਜਿਹੜਾ ਪਹਿਲਵਾਨ ਨੂੰ ਦਿੱਤਾ ਜਾਏਗਾ ਟੋਟਲ 3 ਲੱਖ ਰੁਪਏ ਦਾ ਹੁਸਤੂਮੇ ਪੰਜਾਬ ਦੰਗਲ ਹੋਏਗਾ 2025 ਵਾਲਾ ਜਿੰਦਾਬਾਦ ਜੀ ਇਸ ਟਾਈਮ ਪੰਜਾਬ ਦਾ ਪੂਰਾ ਰੰਗ ਜੰਮਿਆ ਹੋਇਆ ਇਹ ਛਿੰਝਾਂ ਇਹ ਮੇਲੇ ਇਹ ਕੁਸ਼ਤੀਆਂ ਇਹ ਰੰਗ ਪੰਜਾਬ ਦਾ ਰੰਗ ਹੈ ਇਹ ਪੰਜਾਬ ਦੀ ਰੌਣਕ ਹੈ ਜਦੋਂ ਕਿਤੇ ਔਕੜ ਵੇਲਾ ਆ ਜੇ ਫਿਰ ਇਹ ਗੱਬਰੂ ਆਪਣੀਆਂ ਜਾਨਾਂ ਦੇ ਨਜ਼ਰਾਨੇ ਵੀ ਇਸ ਧਰਤੀ ਵਾਸਤੇ ਪੇਸ਼ ਕੀਤੇ ਨੇ ਕਿ ਵਿੱਚ ਰੰਗ ਦੇ ਮਸਤ ਮਲੰਗ ਹੋ ਕੇ ਲਾਈਏ ਤਾਰੀਆਂ ਸਾ ਚਨਾ ਅੰਦਰ ਵਿੱਚ ਜੰਗ ਦੇ ਤਲੀ ਤੇ ਜਾਨ ਧਰ ਕੇ ਲੜੀਏ ਅਸਾਂ ਤਲਵਾਰਾਂ ਦੀ ਸ਼ਾਨ ਅੰਦਰ ਤੇ ਵਿੱਚ ਰੰਗ ਦੇ ਛਿੰਝਾਂ ਨੂੰ ਖੋਲ ਪਾਈਏ ਦੁੱਲੇ ਗਾਵੀ ਦੇ ਹਲਾ ਦੇ ਗਾ ਅੰਦਰ ਤੇ ਵਿੱਚ ਜੰਗ ਦੇ ਖੂਨ ਦੀ ਲਾ ਮੈਂਦੀ ਪਾਈਏ ਬਾ ਤਲਵਾਰ ਦੀ ਬਾ ਅੰਦਰ ਪੰਜਾਂ ਪਾਣੀਆਂ ਦੇ ਅਸੀਂ ਸ਼ੇਰ ਦੁੱਲੇ ਸਦਕੇ ਸਦਕੇ ਅਵੇਸ ਪਹਿਲਵਾਨ ਪਹਿਲਵਾਨੀ ਕੋ ਦਾਸ਼ਾ ਮਰੂਣ ਫੜੋ ਜਰਾ ਕਿ ਤੁਜੇ ਨੂੰ ਆਹੋ ਵਾਹ ਵੈਸ ਚੈਰਾ ਲੈ ਸਾਵਲ ਚੱਕੜ ਰੂਸ ਤੋਂ ਮੇ ਪੰਜਾਬ ਦਾ ਕਾਟਲ ਜੀ ਜੀ ਰਦਾਸ਼ਾ ਮਾਰ ਕੇ ਬੱਬਰ ਸ਼ੇਰੋ ਬੱਬਰ ਸ਼ੇਰੋ ਕੋਈ ਦਾ ਮਾਰੋ ਕੋਈ ਲੱਗਾ ਕਰੋ ਟਾਉਣ ਵਾਲੇ ਨੂੰ 3.5 ਲੱਖ ਜੋ ਤੇ ਜਿਹੜਾ ਡਿੱਗ ਪਿਆ 2.5 ਲੱਖ ਜੋ ਪੂਰੇ ਲੱਖ ਦਾ ਫਰਕ ਜੋ ਪੈਂਡਾ ਲੰਮਾ ਪੈਂਡਾ ਲੰਮਾ ਲੱਗਾ ਮੁਖਾਓ ਲੱਗਾ ਮੁਕਾਓ ਦੁਨੀਆ ਵੇਂਦੀ ਪਈ ਆ ਵੈਸ ਪਹਿਲਵਾਨ 3.5 ਲੱਖ ਕੀ ਟਾਉਣ ਵਾਲੇ ਨੂੰ ਅੱਜ ਪੰਜਾਬ ਸਪੋਰਟਸ ਬੋਰਡ ਅੱਜ ਪੰਜਾਬ ਰੈਸਲਿੰਗ ਐਸੋਸੀਏਸ਼ਨ ਨੇ ਮੇਲਾ ਵੱਡਾ ਕਰਤਾ ਸਦਕੇ ਜਾਨੀ ਪਹਿਲਵਾਨ ਨਾਮ ਬੱਟ ਪਹਿਲਵਾਨ ਮદાન ਦੇ ਵਿੱਚ ਔਰ ਮੈਂ ਤੁਹਾਡਾ ਮਿੱਤਰ ਜੀ ਮਲਕ ਸਫਦਰ ਸ਼ਾਹ ਇੰਟਰਨੈਸ਼ਨਲ ਕਬੱਡੀ ਕਮੈਂਟੇਟਰ ਰੇਡੀਓ ਮਸਤਫਮ 103 ਫੈਸਲਾਬਾਦ ਲਾਹੌਰ ਮਲਤਾਨ ਔਰ ਤੁਹਾਡੇ ਨਾਲ ਮੇਰੀ ਮੁਲਾਕਾਤ ਰਹੀ ਵਰਲਡ ਕੱਪ 2020 ਤੇ ਵੀ ਪਿਛਲੀ ਦਫਾ 7 ਮਈ ਨੂੰ ਜਿਹੜਾ ਰੈਸਲਿੰਗ ਮੇਲਾ ਪੱਪਿਆ ਮੈਂ ਤੁਹਾਡੇ ਨਾਲ ਨਾਲ ਰਿਹਾ ਅੱਜ ਇੱਕ ਵਾਰੀ ਫੇਰ ਪੰਜਾਬ ਸਪੋਰਟਸ ਬੋਰਡ ਨੇ ਮੌਕਾ ਦਿੱਤਾ ਔਰ ਪੰਜਾਬ ਰੈਸਲਿੰਗ ਐਸੋਸੀਏਸ਼ਨ ਨੇ ਮੌਕਾ ਦਿੱਤਾ ਬਹੁਤ ਬਹੁਤ ਸ਼ੁਕਰੀਆ ਇਧਰ ਜੁੜੀਏ ਨਾਲ ਮદાન ਦੇ ਹਾਂਜੀ ਅਵੈਸ ਲੱਗਾ ਦਹਾ ਸਾਵਲ ਲੱਗਾ ਦਹਾ ਬਬਰ ਸਤਿਵਾਸ ਸਾਹਬ ਬਹੁਤ ਅੱਛੇ ਇਹ ਇਹ ਵਾਹ ਜੀ ਵਾਹ ਵਾਹ ਜੀ ਵਾਹ ਵਾਹ ਸਾਹਬ ਤੇ ਵਾਹ ਵੈਸ ਪਹਿਲਵਾਨ ਜੀ ਖਾੜੇ ਚ ਚਲੇ ਜੋ ਕੁਸਰਾਤਾਸ਼ਾ ਮਾਰ ਕੇ ਹੁਸਤਮੇ ਪੰਜਾਬ ਦਾ ਟਾਈਟਲ ਜੇ ਟਾਈਟਲ ਦੇ ਨਾਲ 3.5 ਲੱਖ ਰੁਪਏ ਨਾਲ ਗੁਰਜ਼ ਨਾਲ ਇੱਕ ਬੈਲਟ ਤੇ ਜਿਹੜਾ ਹਰੇਗਾ ਉਹਨੂੰ 2.5 ਲੱਖ ਜੇ 3.5 ਲੱਖ ਤੇ ਗੁਰਜ਼ ਨਾਲ ਬੈਲਟ ਹੁਸਤਮੇ ਪੰਜਾਬ ਸਦਕੇ ਸਦਕੇ ਆ ਵੈਸ ਪਹਿਲਵਾਨ ਸਾਵਲ ਪਹਿਲਵਾਨ ਲੱਗਾ ਵਖਾ ਬਬਰ ਸ਼ਰਾ ਲੱਗਾ ਵਖਾ ਫੈਸਲਾ ਕਿਸੇ ਬੰਨੇ ਲਾਈਏ ਕਹਿੰਦੇ ਆ ਕੁਸ਼ਤੀ ਖੂਨ ਮੰਗਦੀ ਆ ਤੇ ਮਹਿਕ ਮਲਕ ਆਈ ਫੂਨ ਮੰਗਦੀ ਆ ਆਏ ਸਦਕੇ ਜਿੰਦਾਬਾਦ 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 ਆ ਵੇਖਿਓ ਇੱਥੇ ਇਹ ਜ਼ਰਾ ਹਿੰਮਤ ਵਖਾਉਣੀ ਪੈਣੀ ਆ ਅਡੀਆਂ ਚੱਕਣੀਆਂ ਪੈਣੀਆਂ ਜੋਰ ਲਾਉਣੇ ਪੈਣੇ ਬਾਲੇ ਕੱਢਣੇ ਪੈਣੇ ਆ ਇਹ ਲੱਗਾਂ ਵਖਾਉਣੀਆਂ ਪੈਣਾ ਥੋਬੀ ਲਾਉਣੇ ਪੈਣੇ ਮਲਤਾਨੀ ਮਾਰਨੀ ਪੈਣੀ ਆ ਇਹ ਫੇਰੀ ਲਕੜਾ ਜੋ ਪਤਾ ਕਲਾ ਜੰਗ ਪਾਉਣੀ ਪੈਣੀ ਆ ਫਰੀਦ ਪਹਿਲਵਾਨ ਉਹ ਵੇਖ ਜਾਂਗੀ ਤੇ ਜਾਂਦਾ ਮੁੰਡਾ ਖਲੋ ਕੇ ਕੁੰਡਾ ਪੱਕਾ ਕਰਨ ਡਿਆ ਸਦਕੇ 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 ਜ਼ਿੰਦਾਬਾਦ ਜ਼ਿੰਦਾਬਾਦ ਜੀ ਹਾਂਜੀ ਪਹਿਲਵਾਨੀ ਦਾ ਖੇਡ ਔਖਾ ਪਹਿਲੇ ਸਿਰ ਤੇ ਬੋਝ ਉਠਾਈਦਾ ਏ ਅਤੀ ਰਾਤੀ ਉਠ ਉਠ ਕਰ ਕਰ ਮਿਹਨਤਾ ਫੇਰ ਜਾ ਕੇ ਕਿਸੇ ਮੁਕਾਮ ਨੂੰ ਪਾਈਦਾ ਏ ਦਜੋ ਬਰਾਬਰ ਦੇ ਜ਼ੋਰ ਹੋਂ ਵਿੱਚ ਖਾੜੇ ਤੇ ਫੇਰ ਦਿਲ ਚੋਰ ਵੰਗੂ ਜੀ ਚੁਰਾਈਦਾ ਏ ਥੱਲੋਂ ਨਿਕਲ ਕੇ ਕਹਿਣ ਲੱਗਾ ਬਸੋ ਯਾਰਾ ਬੋਧੇ ਕਰੀਏ ਤੇ ਆਕੜ ਜਾਈਦਾ ਏ ਦੀਵੇ ਬਾਲ ਬਾਲ ਜਦੋਂ ਰਾਤਾ گزارਣ ਲੱਗਿਏ ਤੇ ਫੇਰ ਆਪਣੇ ਮੁਕਾਮ ਤੋਂ ਵੀ ਖਿਸਕ ਜਾਈਦਾ ਏ ਦਾਲ ਦਿਲ ਮੇਰਾ ਇਹੋ ਚਾਹਦਾ ਏ ਤੇਰੀਆਂ ਰਗਾਂ ਵਿੱਚ ਮੇਰਾ ਕਸਨ ਹੋਵੇ ਨੋਂਦਰ ਖਿੱਚ ਕੇ ਗਰਦਨ ਤੇ ਧਰਾ ਗੋਡਾ ਖਾਲੇ ਵਿੱਚ 13 ਸਿਰ ਤੁੰਨ ਹੋਵੇ ਬਾਹਰਲੀ ਮਾਰ ਕੇ ਅਖਾੜਿਓ ਬਾਹਰ ਕੱਢਾ ਤੇਰੀ ਆਹੋ ਪੁਕਾਰ ਨਾ ਸੁਣ ਹੋਵੇ ਮੂੰਹ ਮੋੜ ਦਿਆਂ ਜਦੋਂ ਕਰੇ ਮੋੜਾ ਮਾਰ ਦਿਆਂ ਪੁੱਠੀ ਜੇ ਹੁਕਮ ਹੁਨ ਹੋਵੇ ਪਾ ਕੇ ਇੱਕ ਟੰਗੀ ਟੰਗ ਤੋੜ ਸੁਟਾ ਆਟੇ ਵਾਂਗ ਤੇਰਾ ਜਿਸਮ ਗੁੰਨ ਹੋਵੇ ਟਾਕ ਮਾਰ ਕੇ ਟਾਕ ਮਰੋ ਸੁਟਾ ਨੋਮੀ ਪਾਪ ਹੋਵੇ ਭਾਵੇਂ ਪੁੰਨ ਹੋਵੇ ਪਹਿਲਵਾਨ ਜੀ ਦਾ ਮਾਰੋਗੇ ਤੇ ਫੇਰੀ ਗੁਰਸ ਤੇ ਸਾਡੇ 3 ਲੱਖ ਤੇ ਬਿਲਡ ਦੇ ਹੱਕ ਦਾ ਢੇਰ ਆਓਗੇ ਇਹ ਰੁਸਤਮੇ ਪੰਜਾਬ ਦਾ ਟਾਈਟਲ ਮੁਕਾਬਲਾ ਜੇ ਇਹ ਆਪਣੇ ਸਾਹਮਣੇ ਇੱਕ ਲੋਤੇ ਨਵਗਾ ਤੇ ਕੋਈ ਜੀ ਨਹੀਂ ਮਿਲਣਾ ਇਹ ਫੈਸਲਾ ਹੋਏਗਾ ਤੇ ਫੇਰ 3.5 ਲੱਖ ਗੁਰਜ਼ ਤੇ ਨਾਲ ਬੈਲਟ ਮਿਲੇਗਾ ਪਹਿਲਵਾਨ ਜੀ ਰਾਤ 12 ਵੀ ਵਜ ਜਾਣ 20 ਮਿੰਟ ਕੁਸ਼ਤੀ ਨੂੰ ਹੋਗੇ ਜੇ 20 ਮਿੰਟ ਵੱਡੇ ਪਹਿਲਵਾਨੋ ਵੱਡੇ ਵੇਟ ਨੇ ਵੱਡੇ ਨੌ ਨੇ ਤੁਹਾਡੇ ਇਹ ਨੌ ਐਵੇਂ ਨਹੀਂ ਬਣਦੇ ਚੌਰੀ ਅਸ਼ਾਹ ਸਾਹਿਬ ਇਹ ਨੌ ਐਵੇਂ ਨਹੀਂ ਬਣਦੇ ਇਹ ਨੌ ਬਣਾਨੇ ਪੈਂਦੇ ਨੇ ਪਹਿਲਵਾਨ ਜੀ ਕੋ ਦਾਸ਼ਾ ਮਾਰ ਕੇ ਜਰਾ ਐ ਵਾ ਸਾਵਲ ਧਖਣ ਅਵੈਸ ਪਹਿਲਵਾਨ ਪੈਰਾ ਲਿਆ ਜਰਾ ਫੜ ਤੂੰ ਵੀ ਦਾਸ਼ਾ ਮਾਰ ਕੇ ਪਹਿਲਵਾਨੋ ਇਹ ਮੈਨੂੰ ਲੱਗਦਾ ਪਿਆ ਇਹ ਕੁਸ਼ਤੀ ਸਾਵਲ ਪਹਿਲਵਾਨ ਨੇ ਜਿੱਤ ਜਾਣੀਆਂ ਜਾਂ ਅਵੈਸ ਪਹਿਲਵਾਨ ਨੇ ਸ਼ਾਇਦ ਔਲਾਹ ਜੀ ਸੱਦੇ ਮੋਲਾ ਇਸ ਦਾ ਸ਼ਰਮਤ ਮੇਰੇ ਸੋਨੇ ਰੱਬ ਦੇ ਹੱਥ ਨੋ ਕਹਦੇ ਜੀ ਅੱਲਾ ਅੱਲਾ ਹੈ ਸੁਭਾਨ ਅੱਲਾ ਹੋ ਸਦਕੇ ਸਦਕੇ ਜੀ ਸ਼ਾਮਲ ਜੀ ਰਾਸ ਜੀ ਵਾਸ ਵਾਸੇ ਬੱਲੇ 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 ਪਾਲਿਆ ਕੁੰਡਾ ਇਹ ਹੋ ਪਾਲਿਆ ਕੁੰਡਾ ਸ਼ਾਮਲ ਚਖਣ ਨੇ ਆ ਗਿਆ ਤੌਂ ਤੇ ਜੀ ਸਾਡੇ 3 ਲੱਖ ਪੈਲਾ ਇਨਾਮ ਰੁਸਤਮੇ ਪੰਜਾਬ ਨਾਲ ਗੁਰੂ ਦੇ ਤੇ ਨਾਲ ਬੈਲਟ ਪਹਿਲਵਾਨੋ ਅੱਲਾ ਅੱਲਾ ਹੈ ਸੁਭਾਨ ਅੱਲਾ ਅੱਲਾ ਹੈ ਸੁਭਾਨ ਅੱਲਾ ਉਦੀ ਵੰਡ ਦੇ ਪੇਟ ਅਜੀਬ ਵੇਖੇ ਮਸੀਹ ਹੀ ਕਰਵਾਂਦਾ ਹੈ ਮੁਰਦਿਆਂ ਕੋ ਹੱਥੀ ਪੀਂਦੇ ਨੇ ਜ਼ਹਿਰ ਤਬੀਬ ਵੇਖੇ ਜਾਨੀ ਜਾਨੀਆਂ ਨੂੰ ਕਰਦੇ ਕਤਲ ਵੇਖੇ ਤੇ ਦੁਸ਼ਮਨ ਜਾਣਦੇ ਹੁੰਦੇ ਕਰੀਬ ਵੇਖੇ ਕਦੀ ਬਾਦਸ਼ਾਹ ਵੇਖੇ ਨੇ ਦਾਰ ਉੱਤੇ ਤੇ ਕਦੀ ਤਖਤ ਤੇ ਬੈਠੇ ਗਰੀ ਵੇਖੇ ਉਹ ਬਹਿ ਗਿਆ ਧੰਦੇ ਉੱਤੇ ਸਾਵਲ ਚਖੜ ਅਵੈਸਟਾਰਾਂ ਵਾਲੇ ਦੇ ਔਰ ਇੱਕ ਵਾਰੀ ਫੇਰ ਮਨਸਫਾ ਨੇ ਜਿਵੇਂ ਕੁਸ਼ਤੀ ਦਾ ਤਰੀਕੇਕਾਰ ਉਹਦੇ ਮੁਤਾਬਕ ਨੌਜਵਾਨ ਨੂੰ ਬਿਲਕੁਲ ਧੌਣ ਤੇ ਬਿਠਾ ਕੇ ਕੁੰਡਾ ਪਵਾਇਆ ਬਾਹਰ ਕੈਫੇ ਦਰਬੇਸ਼ੀ ਖੇਡ ਇਹ ਮਲੰਗਾ ਦੀ ਖੇਡ ਇਹ ਵਲੀਆਂ ਦੀ ਖੇਡ ਔਰ ਇਹ ਪਹਿਵਾਨੀ ਬਹੁਤ ਦਰਵੇਸ਼ਾਂ ਦੀ ਖੇਡ ਹੈ ਵੈਲ ਡਨ ਜਿੰਦਾਬਾਦ ਔਰ ਬਹੁਤ سارے ਸੂਫੀਆ ਇਸ ਖੇਡ ਨਾਲ ਜੁੜੇ ਰਹੇ ਬਹੁਤ سارے ਸਹਾਬਾ ਨੇ ਇਹ ਖੇਡ ਖੇਡੀ ਜਿੰਦਾਬਾਦ ਇਸ ਟਾਈਮ ਇੱਕ ਵਾਰ ਫਿਰ ਕੁਸ਼ਤੀ ਦਾ ਦੰਗਲ ਮੈਦਾਨ ਦੇ ਵਿੱਚ ਪਰ ਕਹਿੰਦੇ ਨੇ ਕਿ ਰਾंजे ਆਖਿਆ ਖਿਆਲ ਨਾ ਪਾਓ ਮੇਰੇ ਸ਼ੀ ਸੱਪ ਫਕੀਰ ਦਾ ਦੇਸ਼ ਗਿਆ ਕੁੰਝਾਂ ਵਾਂਗ ਮਮੂਲਿਆਂ ਦੇਸ਼ ਛੱਡੇ ਸਾਡੀ ਜ਼ਾਤ ਸਫਾਤ ਤੇ ਪੇਸ ਗਿਆ ਤੇ ਵਤਨ ਦਮਾਂ ਦੇ ਨਾਲ ਤੇ ਜ਼ਾਤ ਜੋਗੀ ਸਾਡਾ ਸਾਖ ਕਬੀਲੜਾ ਖੇਸ਼ ਗਿਆ ਤੇ ਜਿਹੜਾ ਵਤਨ ਤੇ ਜ਼ਾਤ ਵੱਲ ਧਿਆਨ ਦੇਵੇ ਦੁਨੀਆਦਾਰ ਹੈ ਉਹ ਦਰवेश ਗਿਆ ਇਹ ਦਰवेशਾਂ ਦੀ ਖੇਡ ਇਹ ਦਰवेशਾਂ ਦੀ ਖੇਡ ਇਸ ਟਾਈਮ ਨੌਜਵਾਨ ਮੈਦਾਨ ਦੇ ਵਿੱਚ ਸਾਵਲ ਪਹਿਲਵਾਨ ਧੌਣ ਤੇ ਬਹਿ ਕੇ ਕੁੰਡਾ ਪਾਇਆ 150 ਕਿਲੋ ਭਾਰ ਪੂਰਾ ਵੈਸ ਪਹਿਲਵਾਨ ਦੇ ਉੱਤੇ ਸਦਕੇ ਵੇਖਣਾ ਪਏਗਾ ਔਰ ਬਹੁਤ ਇਹ ਸਿਆਣੇ ਪੁਰਾਣੇ ਜ਼ਿਮੀਦਾਰ ਆਂਦੇ ਸਣ ਜਦੋਂ ਪਿਆਲੀ ਵਾਜੀ ਦੀ ਹੈ ਜੋਗ ਦੇ ਵਿੱਚ ਜਿਹੜਾ ਇੱਕ ਬੌਲ ਚੰਗਾ ਹੁੰਦਾ ਜਿਹੜਾ ਮਾੜਾ ਬੌਲ ਦੇ ਨਾਲ ਪਿਆਲੀ ਵਾਜੇ ਉਹਦੀ ਬਹੁਤ ਤਾਰੀਫ ਕੀਤੀ ਜਾਂਦੀ ਸੀ ਅਵੈਸ ਪਹਿਲਵਾਨ ਪੂਰਾ ਨਾਲ ਤੱਕਦਾ ਪਿਆ ਪੂਰੀ ਹਿੰਮਤ ਦੇ ਨਾਲ ਉਹਦਾ ਮੁਕਾਬਲਾ ਕਰਦਾ ਪਿਆ ਸ਼ਾਮਲ ਪਹਿਰਵਾਨ ਦੇ ਹਰ ਵਾਰ ਦਾ ਦਫਾ ਕਰਦਾ ਪਿਆ ਜਿੰਦਾਬਾਦ ਪਰ ਜਿੰਨੂੰ ਦਵੇ ਮੌਲਾ ਮੈਦਾਨ ਨੇ ਕਰਨਾ ਫੈਸਲਾ ਉਹ ਕਹਿੰਦੇ ਹਨ ਖਾਓ ਖਰਾਕਾਂ ਕਰੋ ਮਿਹਨਤਾਂ ਇਹ ਮੌਕੇ ਮਿਲਦੇ ਨਹੀਂ ਪਹਿਲੇ ਤੇ ਦੂਜੇ ਇਨਾਮ ਐਡੇ ਸੌਕੇ ਮਿਲਦੇ ਨਹੀਂ ਪਹਿਲੇ ਨੰਬਰ ਦਾ ਇਨਾਮ ਲੈਣ ਵਾਸਤੇ ਬਹੁਤ ਮਿਹਨਤ ਕਰਨੀ ਪੈਂਦੀ ਆ ਬਹੁਤ ਜ਼ਿਆਦਾ ਮਿਹਨਤ ਕਰਨੀ ਪੈਂਦੀ ਆ ਪਰ ਵੇਖੋ ਰਸਤੇ ਮੇ ਪੰਜਾਬ ਪਿਛਲੀ ਦਫਾ ਮੈਨੂੰ ਯਾਦ ਏ ਕਿ ਐਸੇ ਮੈਦਾਨ ਦੇ ਵਿੱਚ ਤੇਤੀ ਮਿੰਟ ਜਾਨੀ ਪਹਿਲਵਾਨ ਤੇ ਮੋਚੀ ਪਹਿਲਵਾਨ ਮੱਦੇ ਮੁਕਾਬਲ ਰਹੇ ਸਨ ਫਿਰ ਕਿਤੇ ਜਾ ਕੇ ਆਖੀਰਲੇ ਸਕਿੰਟਾਂ ਤੇ ਜਾ ਕੇ ਇਹ ਫੈਸਲਾ ਹੋ ਸਕੇਆ ਸੀ ਤੇ ਜਾਨੀ ਪਹਿਲਵਾਨ ਰਸਤੇ ਮੇ ਪੰਜਾਬ ਦਾ ਟਾਈਟਲ ਲੈਣ ਚ ਕਾਮਯਾਬ ਹੋਇਆ ਅੱਜ ਰਸਤੇ ਮੇ ਪਾਕਿਸਤਾਨ ਹੈ ਰਸਤੇ ਮੇ ਪਾਕਿਸਤਾਨ ਹੈ ਇਹ ਪੁਆਇੰਟ ਦੇ ਕੁਸ਼ਤੀ ਜਿੱਤੇ ਸੀ ਰਸਤੇ ਮੇ पाकिस्तान चाली पहलवान मैं चार मैं, मैं, मैं कह लगा रुस्त में पंजाब रुस्त में बलोचिस्तान रुस्त में के पी की तो रुस्त में सिंध फिर पाकिस्तान बनना ही नहीं भाई सफदर के पी के की नहीं बोलो यार पठान गुस्सा कर दे के पी की के -पी के क्या भाई इधर को लाका आई हुई तो फिर मसला बन जाएगा जी सावल चक्कड़ तेवे एस तेरा ला चांदला में और, रुस्त में पंजाब और ਸਾਰੇ ਸੀਨੀਅਰ ਲੋਕ ਬੈਠੇ ਹੋਏ ਨੇ ਯਕੀਨਨ ਵਜ਼ਨ ਦਾ ਬਹੁਤ ਵੱਡਾ ਕਿਰਦਾਰ ਹੈ ਬਹੁਤ ਵੱਡਾ ਐਡਵਾਂਟੇਜ ਇਸ ਟਾਈਮ ਸਾਂਭਲ ਦੇ ਕੋਲ ਬਾਹਰ ਕੈਫ ਵੈਲ ਡਨ ਕਿਉਂ ਜੀ ਮਰਕਾਲਾ ਜੀ ਇਹ ਦੇਖ ਰਹੇ ਹੋ ਰੁਸਤਮੇ ਪੰਜਾਬ ਦਾ ਹੁਣ ਫੈਸਲਾ ਹੋਣ ਲੱਗਾ ਜੀ ਚੰਨ ਹੀ ਲੰਮੇ ਰੁਸਤਮੇ ਪੰਜਾਬ ਦਾ ਫੈਸਲਾ ਆਪਾਂ ਪੰਜਾਬ ਸਪੋਰਟ ਰੁਸਤਮੇ ਪੰਜਾਬ ਦਾ ਫੈਸਲਾ ਚੰਦੀ ਲੰਮੇ ਇੱਕ ਮਿੰਟ ਮਾਨੀ ਮਰਕਾਲਾ

ਆਪਾਂ ਸਾਰੇ ਸੋਸ਼ਲ ਮੀਡੀਆ ਤੇ ਬਿਲਕੁਲ ਲਾਈਵ ਕਵਰੇਜ ਦਿੱਤੀ ਜਾ ਰਹੀ ਹੈ ਔਰ ਬਹੁਤ ਸਾਰੇ ਚੈਨਲ ਇਹਨੂੰ ਲਾਈਵ ਟੈਲੀਕਾਸਟ ਕਰਦੇ ਪਏ ਨੇ ਸਭ ਪ੍ਰਿੰਟ ਮੀਡੀਆ ਦਾ ਇਲੈਕਟ੍ਰੋਨਿਕ ਮੀਡੀਆ ਦਾ ਵੀ ਬਹੁਤ-ਬਹੁਤ ਸ਼ੁਕਰੀਆ ਅਦਾ ਕਰਦੇ ਆ ਕਿ ਪੰਜਾਬੀਆਂ ਦੀ ਖੇਡ ਨੂੰ ਪ੍ਰਮੋਟ ਕਰਨ ਦੇ ਵਿੱਚ ਇਹ ਕਿਉਂਕਿ ਜਦੀਦ ਦੌਰ ਆਈਟੀ ਦਾ ਜ਼ਮਾਨਾ ਆਪਾਂ ਗਲੋਬਲ ਵਿਲੇਜ ਦੇ ਵਿੱਚ ਰਹਿੰਨੇ ਪਏ ਆ ਪੂਰੀ ਦੁਨੀਆ ਤੱਕ ਅਪਰੋਚ ਜਾਂਦੀ ਪਈ ਆ ਕਿ ਪੰਜਾਬ ਦੇ ਵਿੱਚ ਐ ਮੇਲੇ ਇੰਜ ਫੱਬਦੇ ਨੇ ਦੰਗਲ ਐਂ ਹੁੰਦੇ ਨੇ ਇੰਜ ਕੁਸ਼ਤੀਆਂ ਹੁੰਦੀਆਂ ਤੇ ਇੰਜ ਗੱਬਰੂ ਆਪਣੀਆਂ ਆਪਣੀਆਂ ਜਾਨਾਂ ਸਾਂਭ ਕੇ ਮਦਾਨਾਂ ਚ ਉਤਰਦੇ ਨੇ ਇਹ ਪੰਜਾਬ ਦੀ ਰਵਾਇਤ ਆ ਇਧਰਲੇ ਬੰਦੇ ਆ

ਅਵੇਖੋ ਦਿਲਾਂ ਦੀ ਤੜਕਣਾ ਤੇਜ਼ ਨੇ ਦਾਵਾਵਾਂ ਕੀਤੀਆਂ ਜਾ ਰੀਆਂ ਦੋਨਾਂ ਵੱਲੋਂ ਰੁਸਤਮੇ ਪੰਜਾਬ ਦਾ ਟੱਕਰ ਨੋਮੀ ਜੀ ਮੁਕਾਬਲਾ ਬਹੁਤ ਫਸ ਗਿਆ ਜੋ ਕਮਜ਼ੋਰ ਦਿਲ ਦੇ ਬੰਦੇ ਤੇ ਸ਼ੂਗਰ ਦੇ ਮਰੀਜ਼ ਘਰ ਨੂੰ ਚਲ ਜੋ ਗੱਲ ਬਹੁਤ ਅੱਗੇ ਚੱਲ ਗਈ ਆ ਮੁਕਾਬਲਾ ਪੈਰੋ ਪੈਰ ਸਨਸਨੀ ਖੇਜ਼ ਹੋਈ ਜਾਂਦੀ ਆ ਬਹੁਤ ਦਿਲਚਸਪ ਮੁਕਾਬਲਾ ਜਿੰਦਾਬਾਦ ਜੀ ਸਦਕੇ ਆਜੀ ਕੋਈ ਅਡੀਆਂ ਚੁੱਕੀ ਜਾ ਰੇ ਕਿਸੇ ਦੇ ਦਿਲ ਦੀ ਤੜਕਣਾ ਬੰਦ ਹੋ ਰੀਆਂ ਜੀ ਉਹ ਕੁੰਡਾ ਪਾ ਕੇ ਬੈਠੇ ਸਾਵਲ ਚਖੜ ਪਹਿਲਵਾਨ ਜੀ ਸਾਲ ਲੈ ਲਿਆ ਦੋਨਾਂ ਨੇ ਚੰਗਾ ਤੇ ਹੁਣ ਜਰਾ ਹੌਸਲਾ ਕਰੋ ਜਰਾ ਚੁੱਕੋ ਮਾਰੋ ਦਾ ਤੇ ਬਨੋ ਰਸਤੇ ਮੇ ਪੰਜਾਬ ਕਿਹੜਾ ਬੰਦਾ ਹੈ ਸ਼ਾਹ ਦੇਵਲਾ ਜਿਸੇ ਦੇ ਮੋਲਾ ਇਸ ਤਰ੍ਹਾਂ ਬੈਠੇ ਰਹੋਗੇ ਤੁਹਾਡੀ ਫੋਟੋ ਬਹੁਤ ਕਿੱਜੀਆਂ ਗਈਆਂ ਵੀਡੀਓ ਚੰਗੀ ਬਣ ਗਈ ਹੈ ਜੀ ਸੰਭਲ ਤੇਰੇ ਮੁੱਢ ਹੁਣ ਕੁਝ ਕਰਕੇ ਦਿਖਾਓ ਫੈਸਲਾ ਕਰੋ ਰਸਤੇ ਮੇ ਪੰਜਾਬ ਦਾ ਅਡੀਆਂ ਚੁੱਕ ਚੁੱਕੇ ਲੋਕੀ ਦੇਖ ਰਹੇ ਨੇ ਗੇੜੀਆਂ ਦੀ ਟੜਕੇ ਨਾਲ ਤੇਜ਼ ਨੇ ਸੰਭਲ ਸਾਵਲ ਤੇਰੇ ਮੁਤਮਨ ਹੁਣ ਤੋਂ ਵੀ ਕੁਰਬਾਨ ਜਾਵਾਂ ਲੇਕਿਨ ਇਹ ਵੈ ਸਾਡਾ ਸੌਖਾ ਮੌਕਾ ਨਹੀਂ ਜਾਣ ਦੇਗਾ ਐਡਾ ਸੌਖਾ ਇਸ ਟਾਈਟਲ ਨੂੰ ਨਹੀਂ ਜਾਣ ਦੇਗਾ ਫਰੀਦ ਪਹਿਲਵਾਨ ਜੀ ਸਵਾਦ ਆਇਆ ਸ਼ਹਿਜ਼ਾਦ ਪੁਛਾਰ ਬਾਹਰ ਹੋ ਜਾ ਸ਼ਹਿਜ਼ਾਦ ਪੁਛਾਰ ਬਾਹਰ ਹੋ ਜਾ ਸ਼ਹਿਜ਼ਾਦ ਚੱਲ ਗਿਆ ਸ਼ਹਿਜ਼ਾਦ ਬੰਦਾ ਬਣ ਜਾ ਤਨ ਮੈਂ ਕਹਤੀ ਹੂ ਗੱਲ ਹਾਂਜੀ ਜਾ ਚਾਹ ਲੈ ਕੇ ਆ ਆ ਅੱਲਾ ਤੈਨੂੰ ਖੁਸ਼ ਰਸਤੇ ਵਿੱਚ ਪੰਜਾਬ ਦਾ ਟਾਈਟਲ ਇਹ ਪਹਿਲਵਾਨੋਂ ਕੁਸ਼ਤੀ ਦਾ ਫੈਸਲਾ ਹੋਏਗਾ ਤੇ ਤੁਹਾਡੀ ਜਾਨ ਛੁੱਟੇਗੀ ਦੇ ਨਾਲ ਆਵਾਮੀਕਰਨ ਨੂੰ ਟਾਈਮ ਨਾ ਜਾਏਗੀ ਫਿਰ ਜੱਤੇ ਫੈਸਲਾ ਨਹੀਂ ਹੁੰਦਾ ਆਵਾਂ ਬੈਠੀਏ ਦਿਲਾਂ ਦੀ ਧੜਕਣਾ ਤੇਜ਼ ਹੈ ਦੁਆਵਾਂ ਹੋ ਰਹੀਆਂ ਕਿ ਸ਼ਾਇਦ ਉਹਲਾ ਜਿਸੇ ਦੇ ਮੋਲਾ ਇਸਾ ਸ਼ਰਮਾ ਤੇ ਮੇਰੇ ਸੋਨੇ ਰੱਬ ਦੇ ਹੱਥ ਜੈਨਾ ਇਹ ਦੇਖੋ ਕਿਹੜਾ ਬੰਦਾ ਅੱਜ ਰੁਸਤਮੇ ਪੰਜਾਬ ਜਿੰਦਾਬਾਦ ਸਾਡੇ 3 ਲੱਖ ਰੁਪਏ ਦਾ ਨਗਰ ਪ੍ਰਾਈਜ਼ ਇੱਕ ਗੁਰਸਤੇ ਨਾਲ ਬੈਲਟ ਜੀ ਨਮੀ ਜੀ ਅੱਜ ਪਹਿਲਾ ਇਨਾਮ 3.5 ਲੱਖ ਰੁਪਇਆ ਸਾਵਲ ਪਹਿਲਵਾਨ ਬੰ ਮਕਾਬਲਾ ਆਵਾਸ ਪਹਿਲਵਾਨ ਪਰ ਕੁਸ਼ਤੀ ਕੰਮ ਨਹੀਂ ਯਾਰ ਬੇਜੁਰਤਿਆਂ ਦਾ ਜੁਰਤਮੰਦ ਬੰਦਾ ਬਾਜ਼ੀ ਮਾਰ ਜਾਂਦਾ ਪੇੜ ਵਿੱਚ ਖੁਰਾਕਾਂ ਨੇ ਕੰਮ ਆਉਣਾ ਖਾਦਾ ਪੀਤਾ ਮੈਦਾਨ ਸੰਵਾਰ ਜਾਂਦਾ ਤੇ ਜਿਹੜਾ ਪੀਰ 우ਸਤਾਦ ਦਾ ਚੰਡਿਆ ਏ ਵਿੱਚ ਪੇੜ ਦੇ ਗੱਲ ਖਲਾਰ ਜਾਂਦਾ ਜਿਹੜਾ ਪੀਰ 우ਸਤਾਦ ਦਾ ਹੋਵੇ Munkar ਉਹ ਤੇ ਜਿੱਤ ਕੇ ਵੀ ਬਾਜ਼ੀ ਹਾਰ ਜਾਂਦਾ ਜਿਹੜਾ ਪੀਰ 우ਸਤਾਦ ਦਾ ਚੰਡਿਆ ਏ ਵਿੱਚ ਪੇੜ ਦੇ ਗੱਲ ਖਲਾਰ ਜਾਂਦਾ ਜਿਹੜਾ ਪੀਰ 우ਸਤਾਦ ਦਾ ਹੋਵੇ Munkar ਉਹ ਤੇ ਜਿੱਤ ਕੇ ਵੀ ਬਾਜ਼ੀ ਹਾਰ ਜਾਂਦਾ ਇੱਥੇ ਲਗਣਾ ਜੋ ਪਤਾ ਕਹਿੰਦੇ ਆ ਕਿ ਜਿਹੜੇ ਉਸਤਾਦਾਂ ਦੇ ਕੋਲ ਜਿਨ੍ਹਾਂ ਨੇ ਟ੍ਰੇਨਿੰਗਾਂ ਕੀਤੀਆਂ ਜਿਨ੍ਹਾਂ ਉਸਤਾਦਾਂ ਦੀਆਂ ਗੁਰੂਆਂ ਦੀਆਂ ਮਾਰਾਂ ਖਾਧੀਆਂ ਮੈਦਾਨ ਚ ਆ ਕੇ ਬੋਲਦਾ ਫਿਰ ਉਹ ਕਹਿੰਦੇ ਆ ਨਾ ਕਿ ਗੁਰੂ ਜਿਨ੍ਹਾਂ ਦੇ ਟੱਪਣੇ ਚੇਲੇ ਜਾਨ ਛੜਾਪ ਗੁਰੂ ਜਿਨ੍ਹਾਂ ਦੇ ਟੱਪਣੇ ਪਰ ਲੱਗਣਾ ਪਤਾ ਅਵੈਸ ਪਹਿਲਵਾਨ ਔਰ ਦੂਜੇ ਪੰਨੇ ਇਧਰ ਵੀ ਉਸਤਾਦ ਜਾਨੀ ਪੱਪੂ ਪਹਿਲਵਾਨ ਦੀ ਬਹੁਤ ਜ਼ਿਆਦਾ ਮਿਹਨਤ ਓ ਹਾਂ ਜੀ ਮੁੰਸਫਦ ਦਾ ਫੈਸਲਾ اٹਲ ਹੋਏਗਾ ਮੁੰਸਫਦ ਦਾ ਫੈਸਲਾ اٹਲ ਹੋਏਗਾ ਐ ਜੰਗਲ ਵਾਸਤੇ ਬਹੁਤ ਮਿਹਨਤ ਕੀਤੀ ਗਈ ਹੈ ਇਹ ਕੁਸ਼ਤੀ ਦਾ ਫੈਸਲਾ ਹੋਏਗਾ ਮੁੰਸਫਦ ਜਿਹੜਾ ਫੈਸਲਾ ਹੋਏਗਾ اٹਲ ਹੋਏਗਾ ਕਿਉਂ ਜੀ ਪਿਛੋ ਪਹਿਲਵਾਨ ਬਰਗਰ ਆ ਰਿਹਾ ਹੈ ਪਹਿਲਵਾਨ ਨੇ ਬਹੁਤ ਵਧੀਆ ਧੜ ਮਾਰਿਆ ਸੀ ਲੇਕਿਨ ਗੱਲ ਕਿਸੇ ਖਾਤੇ ਨਹੀਂ ਬਣੀ ਅਵੈਸ ਨੇ ਧੜ ਤੇ ਬਹੁਤ ਜ਼ਬਰਦਸਤ ਮਾਰਿਆ ਅਰਸ਼ ਸਤਾਰ ਪਾਜੀ ਬਹੁਤ ਵਧੀਆ ਧੜ ਮਾਰਿਆ ਮੁੰਡੇ ਨੇ ਔਰ ਮੁੰਡੇ ਦੀ ਬਹੁਤ ਕੋਸ਼ਿਸ਼ ਜੇ ਮੈਂ ਉਲਟਾ ਕੇ ਕਿਸੇ ਤਰ੍ਹਾਂ ਇਹ ਫਤਾ ਆਪਣੇ ਖਾਤੇ ਲਾ ਲਾਂ ਬੰਦੇ ਨੂੰ ਚਿਤ ਕਰਦਿਆਂ ਲੇਕਿਨ ਨਹੀਂ ਬਣਿਆ ਕੰਮ ਬਾਹਰ ਕੈਫ ਬਾਹਰੋਂ ਬੰਦਾ ਕੋਈ ਨਾ ਆਏ ਪਲੀਜ਼ ਕੋਈ ਨਾ ਆਏ ਕੋਈ 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 ਨਾ ਆਏ ਇਹ ਮੁੰਸਫ ਬਹੁਤ ਸਮਝ ਦੇਣੇ ਇਹ ਫੈਸਲਾ ਮੁੰਸਫ ਦਾ ਹੋਣਾ ਹੈ ਆਵਾਮ ਬਾਅਦੋ ਦੱਸੇਗੀ ਇਹ ਬਾਰੋਂ ਨਾ ਤੁਹਾਡੀ ਮਿਹਰਬਾਨੀ ਹੈ ਰੋਲਾ ਨਾ ਪਾਓ ਕਿ ਪਗੰਬਰੀ ਪੇਸ਼ਾ ਇਹਨੂੰ ਖਰਾਬ ਨਾ ਕਰੋ ਇੱਕ ਕੁਸ਼ਤੀ ਦਾ ਫੈਸਲਾ ਹੁੰਦੇ ਹੋ ਕਿਹੜਾ ਬੰਦਾ ਹੈ ਰੁਸਤਮੇ ਪੰਜਾਬ ਇਹ ਖਾੜੇ ਬਾਹਰ ਚਲੇ ਜਾਓ ਸਾਰੇ ਬੰਦੇ ਖਾੜੇ ਬਾਹਰ ਚਲੇ ਜਾਓ ਸਿਰਫ ਪਹਿਲਵਾਨ ਤੇ ਮੁਨਸਫ ਖੜੇ ਰਹਿਣਗੇ ਇੱਕ ਕੁਸ਼ਤੀ ਦਾ ਫੈਸਲਾ ਹੋਏਗਾ ਯੂਸਫ ਭਾਜੀ ਮਜ਼ਾ ਆਇਆ ਭਾਈ ਯੂਸਫ ਸਾਹਿਬ ਸਵਾਦ ਆਇਆ ਜੀ ਅੱਲਾ ਤੁਹਾਨੂੰ ਖੁਸ਼ ਰੱਖੇ ਐ ਬਰਾਏ ਮਿਹਰਬਾਨੀ ਬਾਕੀ ਬੰਦੇ ਜਰਾ ਵਾਇਲੇਸ਼ਨ ਨਾ ਕਰੋ ਐਡਾ ਸੋਹਣਾ ਮਾ ਜੀ ਯੂਸਫ ਪਹਿਲਵਾਨ ਸਾਹਿਬ ਨਾਲਾ ਪੁੱਤਰ ਬਿੱਲਾ ਪਹਿਲਵਾਨ ਸਾਹਿਬ ਨਾਲਾ ਮੇਰੇ ਕੋਲ ਖੜਾ ਜੀ ਮਿੱਠੂ ਪਹਿਲਵਾਨ ਬਰਗਰ ਵਾਲਾ 10 ਮਿੰਟ ਲਾਓ ਬਸ ਕੁਸ਼ਤੀ ਦਾ ਫੈਸਲਾ ਦਸਾਂ ਮਿੰਟਾਂ ਤੋਂ ਪਹਿਲੇ ਪਹਿਲੇ ਹੋ ਜਾਣਾ ਹੈ ਸਾਰੇ ਪਹਿਲਵਾਨ ਅੰਦਰ ਆਂਦੇ ਹੋ ਇਹ ਗਰਮ ਹੀ ਨੇ ਪਹਿਲਵਾਨ ਦੇਖੋ ਕੌਣ ਬੰਦਾ ਰਸਤੇ ਮੇ ਪੰਜਾਬ ਇਹ ਰਸਤੇ ਮੇ ਪੰਜਾਬ ਦਾ ਟਾਈਟਲ ਮੁਕਾਬਲਾ ਅਵੈਸ ਆ ਗਿਆ ਮੈਦਾਨੇ ਦੰਗਲ ਵਿੱਚ ਇੱਕ ਤਾੜੀ ਮਾਰ ਦਿਓ ਦੋਨੋਂ ਪਹਿਲਵਾਨਾਂ ਦੇ ਨਾਂ ਵੀ ਮਿਹਰਬਾਨੀ ਜੀ ਨੂੰ ਸਭ ਮੈਂ ਤੁਹਾਨੂੰ ਮਾਈਕ ਤੁਹਾਡੇ ਓਵਰ ਕਰਿਆ ਕਰਾਂਗਾ ਆਪਾਂ ਲਾਈਵ ਜਾ ਰਹੇ ਹਾਂ ਮੈਂ ਤੁਹਾਡੇ ਓਵਰ ਕਰ ਦਿੰਦਾ ਮਾਈਕ ਆਪੇ ਆਪਾਂ ਲਾਈਵ ਜਾ ਰਹੇ ਹਾਂ ਫਿਰ ਨਾ ਬੜੀ ਵਾਈਲ ਉਹ ਚੰਗਾ ਲੱਗੇਗਾ ਬੰਦਾ ਉੱਥੇ ਜਿੰਦਾਬਾਦ ਜੀ ਇਧਰਲੇ ਬੰਨੇ ਅਵੈਸ ਪਹਿਲਵਾਨ ਕੋਈ ਬੰਦਾ ਪਲੀਜ਼ ਅਗੰਦਰ ਨਾ ਆਓ ਆਪਾਂ ਐਡਾ ਸੋਹਣਾ ਮਾਹੌਲ ਤਰਤੀਬ ਦੇ ਲਿਆ ਮਾਹੌਲ ਨੂੰ ਖਰਾਬ ਨਾ ਕਰਿਆ ਜੇ ਬੰਦੇ ਪੇਸ਼ਾ ਕਰੋ ਪਲੀਜ਼ ਸ਼ਹਜ਼ਾਦ ਪੁਚਾਰ ਬੱਬਰ ਸ਼ੇਰਾ ਤੂੰ ਜ਼ਿਆਤੀ ਨਾ ਕਰ ਸ਼ਹਜ਼ਾਦ ਪੁਚਾਰ ਤੇਰੀ ਵਾਰੀ ਕੋਈ ਐਹੇ ਬੰਦਾ ਅੱਗੇ ਯਾਰ ਕੀ ਕਰਨਿਆ ਸ਼ਹਜ਼ਾਦ ਪਿਸ਼ਾਂਬਾ ਇਧਰਲੇ ਬੰਨੇ ਆਪਾਂ ਜੁੜਦੇ ਆਂ ਫੇਰ ਖੇਡ ਮੈਦਾਨ ਦੇ ਨਾਲ ਸਾਮਲ ਪਹਿਲਵਾਨ ਬਾ ਮੁਕਾਬਲਾ ਵੈਸ ਪਹਿਲਵਾਨ ਦੋਵਾਂ ਬੰਨੇ 우ਸਤਾਦ ਬਹੁਤ ਤਗੜੇ ਇਧਰ 우ਸਤਾਦ ਹਾਜੀ ਪੱਪੂ ਪਹਿਲਵਾਨ ਦਾ ਰਾਹੀ ਦਾ ਨਾਂ ਲਈਏ ਤੇ ਸਾਵਲ ਪਹਿਲਵਾਨ ਦੀ ਟ੍ਰੇਨਿੰਗ ਉਧਰਲੇ ਬੰਨੇ ਜ਼ਾਹਦ ਪਹਿਲਵਾਨ ਟੈਰਾ ਵਾਲੇ ਦੀ ਗੱਲ ਹੁੰਦੀ ਆ ਕਿ ਜਿਨ੍ਹਾਂ ਨੇ ਅਵੈਸ ਪਹਿਲਵਾਨ ਤੇ ਮਿਹਨਤ ਕੀਤੀ ਆ ਪਰ ਲੱਗਣਾ ਪਤਾ ਕਹਿੰਦੇ ਐਵੇਂ ਨਹੀਂ ਗਰਾਊਂਡਾਂ ਵਿੱਚ ਨਾਂ ਬੋਲਦਾ ਐਵੇਂ ਨਹੀਂ ਅਖਾੜਿਆਂ ਚ ਨਾਂ ਬੋਲਦਾ ਬਈ ਕੀਤੀਆਂ ਨੇ ਮਿਹਨਤਾਂ ਇਹ ਤਾਂ ਬੋਲਦਾ ਐਵੇਂ ਨਹੀਂ ਅਖਾੜਿਆਂ ਚ ਨਾਂ ਬੋਲਦਾ ਸਾਵਲ ਪਹਿਲਵਾਨ ਅਵੈਸ ਪਹਿਲਵਾਨ ਜੀ ਨੂੰ ਮੀ ਇਹ ਫੈਸਲਾ ਹੋਏਗਾ ਕੁਸ਼ਤੀ ਦਾ ਅਵੈਸ ਪਹਿਲਵਾਨ ਟੈਰਾ ਵਾਲਾ ਤੇ ਸਾਵਲ ਚੱਕੜ ਦੇਖੋ ਜਿੰਨ ਦੋਨਾਂ ਜੋ ਕਿਹੜਾ ਬੰਦਾ ਹੈ ਹੁਸ਼ਤ ਮੇ ਪੰਜਾਬ 2024 ਦਾ ਹੁਸ਼ਤ ਮੇ ਪੰਜਾਬ ਉਂਗਲਾ ਛੱਡ ਦਿਓ ਪਹਿਲਵਾਨੀ ਉਂਗਲਾ ਛੱਡ ਕੇ ਦਾ ਮਾਰੋ ਉਂਗਲਾਂ ਦਾ ਫੜੋ ਕੋ ਸਲਾਮ ਅਸ਼ੁਰਨਾ ਕਰੋ ਦਾ ਮਾਰ ਕੇ ਆਵਾਮ ਨੂੰ ਰਾਜ਼ੀ ਕਰੋ ਤੇ ਟਾਈਟਲ ਆਪਣੇ ਨਾਮ ਕਰੋ ਦਾ ਮਾਰਨਾ ਜੇ ਉਂਗਲਾਂ ਨਹੀਂ ਫੜਨੀਆਂ ਦਾ ਮਾਰਨਾ ਜੀ ਫੜੋ ਸਾਵਲ ਝਖੜ ਅਵੈਸ ਪਹਿਲਵਾਨ ਸਾਵਲ ਅਵੈਸ ਸਾਵਲ ਤੇ ਅਵੈਸ ਪਹਿਲਵਾਨ ਹੁਸਤੂ ਮੇ ਪੰਜਾਬ ਦਾ ਟਾਈਟਲ ਐ ਹੈ ਐ ਹੈ ਸਾਵਲ ਝਖੜ ਉਤੇ ਸਦਕੇ 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 ਜੀਓ ਵੈਸੇ ਜੀਓ ਸਾਵਲ ਸਦਕੇ 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 ਆਏ ਲੱਗਣਾ ਜੋ ਪਤਾ ਇੱਥੇ ਇੱਥੇ ਲੱਗਣਾ ਪਤਾ ਹੱਸਿਆ ਹੱਸਿਆ ਸ਼ਾਮਲ ਪਹਿਲਵਾਨ ਬੜਾ ਮੁਤਮਨ ਹੋ ਕੇ ਗੇਮ ਕਰਦਾ ਪਿਆ ਕਿ ਹਾਸਾ ਵੀ ਇਜ਼ਹਾਰ ਜਿਹਾ ਹੀ ਹੁੰਦਾ ਏ ਇੱਕ ਕਿਸਮ ਦਾ ਪਿਆਰ ਜਿਹਾ ਹੀ ਹੁੰਦਾ ਏ ਤੇ ਸੰਧੂ ਜੇਕਰ ਬੰਦਾ ਗੱਲ ਨੂੰ ਸਮਝੇ ਤੇ ਵਾਦਾ ਵੀ ਇੱਕ ਪਾਰ ਜਾਈ ਹੁੰਦਾ ਏ ਆ ਲੱਗਣਾ ਜੋ ਪਤਾ ਇੱਥੇ ਇੱਥੇ ਮੁੰਡਾ ਪੂਰੀ ਕੋਸ਼ਿਸ਼ ਕਰਦਾ ਪਿਆ ਪੂਰੇ ਧਿਆਨ ਨਾਲ ਪੂਰੀ ਅਕਲਮੰਦੀ ਨਾਲ ਪੂਰੀ ਦਾਨਸ਼ਵਰੀ ਨਾਲ ਗੇਮ ਕਰਦਾ ਪਿਆ ਅਵੈਸ ਪਹਿਲਵਾਨ ਸਾਵਲ ਪਹਿਲਵਾਨ ਸਾਵਲ ਚਖੜ ਉਤੇ ਤੇ ਅਵੈਸ ਪਹਿਲਵਾਨ ਟਾਰਾ ਨਾਲ ਥੱਲੇ ਇਹ ਰਸਤੇ ਮੇ ਪੰਜਾਬ ਦਾ ਟਾਈਟਲ ਮੁਕਾਬਲਾ ਜੇ 2024 ਇੱਕ ਸਾਲ ਦੇ ਮዘਦੇ ਪਹਿਲਵਾਨ ਜੀ ਰਸਤੇ ਮੇ ਪੰਜਾਬ ਦੇ ਦੇਖੋ ਕਿਹੜਾ ਬੰਦਾ ਰਸਤੇਮੇ ਪੰਜਾਬ ਆਇੰਦਾ ਜਿਹੜਾ ਰਸਤੇਮੇ ਪੰਜਾਬ ਹੋਏਗਾ 2025 ਦਾ ਉਹ 1 ਜੰਕ ਦਸੰਬਰ ਤੋਂ तमाम ਡਿਵੀਜ਼ਨਾਂ ਦੇ ਵਿੱਚ ਰਸਤੇਮੀ ਦੇ ਮੁਕਾਬਲੇ ਹੋਣਗੇ ਨਾ ਡਿਵੀਜ਼ਨਾਂ ਦੇ ਜਿਹੜੇ ਰਸਤੇਮ ਬਣਨਗੇ ਉਹ ਲਾਹੌਰ ਆਣਗੇ ਉਹਨਾਂ ਰੌਣ ਰਸਤੇਮਾਂ ਦੇ درمیان ਮੁਕਾਬਲੇ ਹੋਣਗੇ ਤੇ ਟਾਪ ਦੇ ਦੋ ਪਹਿਲਵਾਨਾਂ ਦੇ درمیان ਫਾਈਨਲ ਮੁਕਾਬਲਾ ਕਰਵਾਇਆ ਜਾਏਗਾ ਜਿਹੜਾ ਰਸਤੇਮ ਪੰਜਾਬ ਦਾ ਟਾਈਟਲ ਜਿੱਤੇਗਾ ਉਹਨੂੰ 10 ਲੱਖ ਰੁਪਈਆ ਪ੍ਰਾਈਜ਼ ਨਾਲ ਗੁਰਜ਼ ਸੈਕੰਡ ਵਾਲੇ ਨੂੰ 5 ਲੱਖ ਉਸ ਤੋਂ ਲਾਵਾ 15 ਲੱਖ ਦੇ ਮਜ਼ੀਦ ਮੁਕਾਬਲੇ ਹੋਣਗੇ ਉਸ ਦੰਗਲ ਦੇ ਵਿੱਚ 30 ਦਾ 3 ਲੱਖ ਰੁਸਤਵੇਂ ਪੰਜਾਬ ਦੰਗਲ ਦੇ ਪਹਿਲਵਾਨਾਂ ਨੂੰ ਦਿੱਤਾ ਜਾਏਗਾ ਸਪੋਰਟਸ ਬੋਰਡ ਪੰਜਾਬ ਅਸੀਂ ਦੁਆ ਕਰਦੇ ਹਾਂ ਕਿ ਅੱਲਾਹ ਤਾਲਾ ਡਾਕਟਰ ਅਸਦ ਤਫੀਲ ਸਾਹਿਬ ਨੂੰ ਇਹ ਸਾਵਲ ਚੱਕੜ ਪਹਿਲਵਾਨ ਨੇ ਟਾਈਟਲ ਆਪਣੇ ਨਾਮ ਕਰਲੇ ਜੀ ਰੁਸਤਵੇਂ ਪੰਜਾਬ ਦਾ ਟਾਈਟਲ ਦੰਗਲ ਸਾਵਲ ਪਹਿਲਵਾਨ ਚੱਕੜ ਦੇ ਨਾਮ ਜੀ ਬਹੁਤ ਸ਼ੁਕਰੀਆ ਐ ਜ਼ਰਾਨਾ ਇਹ ਤਾਰ ਲੰਮੀ ਕਰਿਓ ਜਰਾ ਮੇਰੇ ਮੂਹਲ ਕਰ ਜੀ ਇਹ ਤਾਰ ਲੰਮੀ ਕਰਿਆ ਜੇ ਨੋਮੀ ਦੂਸਰਾ ਮਾਈਕ ਦਿਓ ਮੈਨੂੰ ਨੋਮੀ ਪਹਿਲਵਾਨ ਇਹ ਦੋ ਮਿੰਟ ਦਿਓ ਜਰਾ ਆਹ ਭਾਈਆ ਮਾਇਕ ਫੜ ਲਿਓ ਅੱਲਾਹ ਤੇਰਾ ਭਲਾ ਕਰੇ ਭਾਈ ਡੀਜੇ ਭਾਈ ਭਾਜੀ ਕੀ ਹਾਲ ਚਾਲ ਨੇ ਸਿੱਧੇ ਸੁਣਾਓ ਭਾਈ ਯੂਸਫ ਸਾਹਿਬ ਲੋ ਜੀ ਮੈਨੂੰ ਇੱਥੇ ਆਉਣ ਦਾ ਜ਼ਰਾ ਮੈਂ ਤਕਰੀਬ ਆਪਾਂ ਜੁੜੀਏ ਲੋ ਜੀ ਰਸਮੇ ਪੰਜਾਬ ਦਾ ਟਾਈਟਲ ਡੀਜੀ ਸਪੋਰਟਸ ਪੰਜਾਬ ਬੋਰਡ ਆਪਣੇ ਮੁਬਾਰਕਤਾਂ ਦੇ ਨਾਲ ਇਹ ਨੌਜਵਾਨ ਦੇ ਖਾਤੇ ਪਾਉਣਗੇ ਸਾਂਭਲ ਪਹਿਲਵਾਨ ਇਹ ਨੂੰ ਚੁੱਕੇ ਹੋ ਨਾ ਮੋਟਿਆ ਤੇ 150 ਕਿਲੋ ਭਾਰ ਜੋ ਇਹਦਾ ਵੈਲ ਡਨ ਜਿੰਦਾਬਾਦ ਹਾਏ ਡੀਜੀ ਸਪੋਰਟਸ ਪੰਜਾਬ ਬੋਰਡ ਜਿਲ੍ਹਾ ਦੇ ਡਾਕਟਰ ਆਸਫ ਤਫੈਲ ਸਾਹਿਬ ਆਪਣੇ ਮੁਬਾਰਕਤਾਂ ਦੇ ਨਾਲ वेल well डन जिंदाबाद भाई शमत साहब प्लीज इधर अगे लू पिछाक आ जाओ हाय 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 बंदे पिछा पिछा प्लीज पिछा टेबल पर कर दे, टेबल पर सर सर जी मेरे मेहरबानी भाई वेखियो मैं जा शीशा डिग पैना जा मैं डिग पैना जो जी جناب டிஜி ஸ்போர்ட்ஸ் பஞ்சாப் போர்ட் டாக்டர் ஆசஃப் தஃபைல் சப் ਆਪਣੇ ਮੁਬਾਰਕਤਾ ਨਾਲ ਟਾਈਟਾਏ صدکے ہے 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 اللہ پاک ਦਾ ਨਸਲਾਮਤ हेलो ऑप्शनल ओया स्कॉटी का तंग ना करो प्लीज बोलिए सापना टीम साहब मैं मैडम साहब के कोल पे आ जा इस ऊपर